ਤੋਂ ਨਵਾਂ ਦੇਖਣ ਲੱਗਾ ਇੱਕ ਤਾਂ ਰਵੀ ਸਟੂਡੀਓ ਸਾਡਾ ਨੌਜਵਾਨ ਕੱਲੇ ਗੁਰੂ ਨਾਨਕ ਸਾਊਂਡ ਵਾਲੇ ਨੂੰ ਬੇਨਤੀ ਹੈ ਕੱਲੀ ਆਪਦੀਆਂ ਬਾਲਟੀਆਂ ਬਦਲ ਲੈ ਆਏ ਸਾਲ ਉਸੇ ਤਰ੍ਹਾਂ ਕਰਕੇ ਲਿਆਉਂਦਾ ਧੰਨਵਾਦ ਹੈ ਸਾਡਾ ਨੌਜਵਾਨ ਵੀਰ ਬਹੁਤ ਵਧੀਆ ਪਿਆਰੀ ਆਵਾਜ਼ ਕਿਉਂਕਿ ਹੱਸਣਾ ਖੇਡਣਾ ਮਨਕਾ ਚਾਹੇ ਲਿਖਿਆ ਵਿੱਚ ਗੁਰਬਾਣੀ ਨੱਚਣਾ ਕੁੱਦਣਾ ਨੌਜਵਾਨ ਇਹਨਾਂ ਦੀ ਜਿਹੜੀ ਆਪਾਂ ਗੱਲ ਕਰਦੇ ਹਾਂ ਆਹ ਮੁੰਡੇ ਲਹਿਰੇ ਵਾਲੇ ਇੱਧਰ ਖੇਡ ਰਹੇ ਸੰਗਤ ਬੈਠੀ ਹੈ ਪੱਖੋਂ ਕਹਿੰਦੇ ਟੂਰਨਾਮੈਂਟ ਦਾ ਲਾਸਟ ਦਿਨ ਸੀ ਹਨੇਰਾ ਹੋ ਗਿਆ ਕਿਉਂਕਿ ਉੱਥੇ ਵੀ ਵੈਸਟਰ ਦੇ ਜਾਫੀਆਂ ਦੀ ਚੋਣ ਹੋਈ ਡਾਲਾ ਪਹਿਲੇ ਨੰਬਰ ਤੇ ਪਰ ਪੁੱਛੋ ਵਾਲਾ ਨੌਜਵਾਨ ਮੇਰੇ ਪੰਜਾਬੀ ਵੀਰੋ ਹੁਣ ਫੜਿਆ ਹੋਇਆ ਗਿੱਟਾ ਤੇ ਇੱਕ ਪਾਸੇ ਪੁਆਇੰਟ ਜਿਹੜਾ ਰੇਡਰ ਦਾ ਕੀ ਹੋ ਗਿਆ ਲਹਿਰੇ ਵਾਲਿਆ ਪੁਆਇੰਟ ਤੈਨੂੰ ਮਿਲ ਗਿਆ ਹੁਣ ਤਾਂ ਚਾਹੇ ਲੱਗ ਗਿਆ ਜੇ ਭੱਜ ਗਿਆ ਹਾਂਜੀ ਦਸ ਰੁਪਏ ਬੀਬੀ ਮਨਜੀਤ ਕੌਰ ਦਸ ਰੁਪਏ ਅਹਿਮਦ ਸਿੰਘ ਜੀ ਮੈਂ ਦਸ ਰੁਪਏ ਚਮਕੌਰ ਡਬਈ ਦਸ ਰੁਪਏ ਫਤਿਹ ਡਬਈ ਚਾਲੀ ਰੁਪਏ ਲੱਗ ਗਏ ਰੇਟ ਤੇ ਆਹ ਕਬੱਡੀ ਦੇ ਚਾਲੀ ਰੁਪਏ ਲੱਗੇ ਹੋਏ ਨੇ ਸੰਘਾ ਖਾਰੇ ਵਾਲਾ ਕਬੱਡੀ ਪਾ ਰਿਹਾ ਇੱਧਰ ਮੈਂ ਦੇਖਦਾ ਵੀ ਨੌਜਵਾਨ ਇਹ ਫਰਨਾਂਡੋ ਦਾ ਨੀ ਕਿਤੇ ਹਾਂ ਮਾੜਾ ਜਿਹਾ ਮੂੰਹ ਤੋਂ ਰੇਤਾ ਝਾੜੀ ਫਰਨਾਂਡੋ ਹੀ ਆ ਉਹੀ ਹੈ ਕਿਉਂਕਿ ਫਰਨਾਂਡੋ ਆ ਮੇਰੇ ਮਿੱਤਰੋ ਬਾਈ ਮੇਰੇ ਤੋਂ ਪਹਿਲਾਂ ਗੁਰਮੀਤ ਪੈਣੀ ਜੀ ਲੱਖਾਂ ਕੌਂਦਾ ਲਿਆ ਨਾਲ ਮੈਂ ਦੇਖਦਾ ਵੀ ਜਿੱਥੇ ਬਹੁਤ ਵਧੀਆ ਮਾਈਕ ਤੋਂ ਬੋਲ ਕੇ ਗਿਆ ਗੁਰਮੀਤ ਭੈਣੀ ਵਾਲਾ ਜਿਨ੍ਹਾਂ ਨੂੰ ਅੱਜ ਕਹਿੰਦੇ ਵੀ ਦੋ ਸਾਡੇ ਬਾਈ ਸੁੱਖੀ ਵੱਲੋਂ ਐਲ ਈ ਡੀ ਦੇ ਨਾਲ ਵੱਡਾ ਸਤਿਕਾਰ ਉੱਥੇ ਲੱਖਾ ਭਾਗੂ ਤੋਂ ਇਹਨੂੰ ਗੁਰਪ੍ਰੀਤ ਕਹਿੰਦੇ ਆ ਪਰ ਪਿੰਡ 'ਚ ਗੋਪੀ ਆਖ ਦਿੰਦੇ ਆ ਜੇ ਗੋਪੀ ਦੀ ਪੁੱਠੀ ਪੈ ਗਈ ਤੇ ਜੱਫਾ ਲੱਗੂਗਾ ਤਾੜੀ ਭੱਜੂਗੀ ਇਹ ਆ ਮੁੰਡਾ ਗੋਪੀ ਬਹੁਤ ਬਹੁਤ ਧੰਨਵਾਦ ਸਾਰੇ ਰੈਫਰੀ ਨਿੰਮਾ ਜੀ ਭੋਟੀਪੁਰੇ ਵਾਲਾ ਪ੍ਰਗਟ ਢਿਲਵਾਂ ਬੂਟਾ ਜੀ ਜਗਸੀਰ ਸਿੰਘ ਜੀ ਲਾਲਾ ਤੋਂਗਾ ਉੱਧਰ ਬਾਈ ਰੁਪਿੰਦਰ ਜੀ ਸਾਡੇ ਵੀਰ ਨਾਲ ਗੁਲਾਮ ਸਿੰਘ ਜੀ ਖਜਾਨਚੀ ਬਾਈ ਸੁੱਖੀ ਵਰਗੇ ਚਰਮਲ ਕੋਚ ਵਰਗੇ ਉਹਨਾਂ ਦਾ ਵੀ ਧੰਨਵਾਦ ਹਾਂਜੀ ਵੀਰ ਜੀ ਹਾਂਜੀ 2000 ਰੁਪਇਆ ਮਾਤਾ ਗੁਰਦੇਵ ਕੌਰ ਉਹਨਾਂ ਦੇ ਵੱਲੋਂ 2000 ਰੁਪਇਆ ਟੂਰਨਾਮੈਂਟ ਕਮੇਟੀ ਨੂੰ ਸਹਾਇਤਾ ਭੇਜੀ ਜਾ ਰਹੀ ਹੈ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਆਈ ਵੀਰੋ ਭਾਈ ਭਗਤ ਕਿਰਪਾ ਕਰਨ ਇਸੇ ਤਰ੍ਹਾਂ ਸੇਵਾ ਕਰਨ ਦਾ ਬਲ ਬਖਸ਼ਣ ਜੀ ਕੀ ਕਰਨਾ ਵੀ ਮੋਟਰਸਾਈਕਲ ਖਿੱਚਣਾ ਬਾਈ ਪਿੱਥੋਂ ਵਾਲਾ ਹੈਂਡੀਕੈਪਟ ਆਇਆ ਗਾ ਸੀਰਾ ਵਿਚਾਰਾ ਇਹ ਕਰਤੱਬ ਕਰਕੇ ਆਇਆ ਕੋਈ ਵੀ ਆਉਂਦਾ ਜਿਹੜਾ ਆਸ ਕਰਕੇ ਆਉਂਦਾ ਗਾ ਕਿਉਂਕਿ ਆਪਾਂ ਇਧਰ ਪੁਆਇੰਟ ਜਿਹੜਾ ਜਾਫੀ ਦਾ ਪੁਆਇੰਟ ਜਿਹੜਾ ਜਾਫੀ ਦਾ ਹਾਂਜੀ 10 ਰੁਪਏ ਫਤਿਹ ਡਬਈ 10 ਰੁਪਏ ਚਮਕੌਰ ਡਬਈ 10 ਰੁਪਏ ਹਿੰਮਤ ਸਿੰਘ ਜੀ ਮੈਂਬਰ 10 ਰੁਪਏ ਬੀਬੀ ਮਨਜੀਤ ਕੌਰ 40 ਰੁਪਏ ਲੱਗੇ ਨੇ ਜੀ ਬਹੁਤ ਬਹੁਤ ਧੰਨਵਾਦ ਇਧਰ 40 ਰੁਪਏ ਦੀ ਪਈ ਹੋਈ ਕਬੱਡੀ ਹੈ ਨੌਜਵਾਨ ਦੀ ਆਓ ਆਪਾਂ ਚੱਕ ਫਤਿਹ ਸਿੰਘ ਚੱਕ ਰਾਮ ਸਿੰਘ ਜਾਂ ਚੱਕ ਬਖਤੂ ਦੀ ਗੱਲ ਕਰੀਏ ਕਹਿੰਦੇ ਤਿੰਨੇ ਭਰਾ ਅੱਜ ਮਾਈ ਵੀਰੋ ਭਾਈ ਬਖਤੂ ਦੀ ਵੱਡੀ ਦੇਰ ਇਸ ਨਗਰ ਦੀ ਖਾਸੀਅਤ ਮਿੱਤਰੋ ਕਹਿੰਦੇ 2400 ਵੋਟ ਰਕਬੇ ਦੇ ਵਿੱਚ ਵਸਾ ਹੋਇਆ ਨਗਰ ਤਹਿਸੀਲ ਥਾਣਾ ਦੇ ਨਾਲ ਮੈਂ ਦੇਖਦਾ ਬਲਾਕ ਨਥਾਣੇ ਦੀ ਵੀ ਗੱਲ ਜ਼ਿਲ੍ਹਾ ਬਠਿੰਡਾ ਹਾਂਜੀ ਇਹ ਪਿੰਡ ਚੱਕਾਂ ਦੀ ਗੱਲ ਆਪਾਂ ਜਿਹੜੀ ਕਰਦੇ ਹਾਂਜੀ ਹਾਂਜੀ ਲਵਦੀਪ ਸਿੱਧੂ ਸਪੁੱਤਰ ਮਾਸਟਰ ਗੁਰਦੀਪ ਸਿੰਘ ਜੀ ਉਹਨਾਂ ਵੱਲੋਂ 2500 ਰੁਪਇਆ ਟੂਰਨਾਮੈਂਟ ਕਮੇਟੀ ਨੂੰ ਸਹਾਇਤਾ ਭੇਜੀ ਗਈ ਹੈ ਸੱਚੇ ਪਾਤਸ਼ਾਹ ਕਿਰਪਾ ਕਰਨ ਪਰਿਵਾਰ ਨੂੰ ਤੰਦਰੁਸਤੀਆਂ ਬਖਸ਼ਣ ਤੇ ਸੇਵਾ ਕਰਨ ਦਾ ਬਲ ਬਖਸ਼ਣ ਜੀ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਹੈ ਜੀ ਬਿਲਕੁਲ ਜੀ ਇੱਧਰ ਚੱਕਾਂ ਦੇ ਚੱਕ ਰਾਮ ਸਿੰਘ ਵਾਲੇ ਦੇ ਆਪਾਂ ਪਿੰਡ ਦੀ ਗੱਲ ਕਰ ਰਹੇ ਹਾਂ ਦੋ ਹੋਸਪਿਟਲ ਦੋ ਸਕੂਲ ਇੱਕ ਪਾਸੇ ਚੱਕ ਬਖਤੂ ਇੱਕ ਪਾਸੇ ਚੱਕ ਫਤਿਹ ਸਿੰਘ ਵਾਲੇ ਇੱਕ ਪਾਸੇ ਝੰਡੂਕੇ ਦੇ ਇੱਕ ਪਾਸੇ ਸੋਢੀ ਮਾਨਸਾ ਦੇ ਕਹਿੰਦੇ ਵਿਚਾਲੇ ਵਸਾ ਹੋਇਆ ਨਗਰ ਆਪਾਂ ਦੇਖਦੇ ਹਾਂ ਚੱਕਾਂ ਦੇ ਇਸ ਖਿਡਾਰੀਆਂ ਦੀ ਜਿਹੜੀ ਗੱਲ ਕਰਨੇ ਹਾਂ ਖੇਡ ਮੈਦਾਨ ਦੀ ਰੂੜੀ ਕੀ ਕਲਾਂ ਤੇ ਗੁਲਾਬੋ ਕੀ ਮੰਡੀ ਸਾਦਲੀ ਕਰਤੀ ਬਾਈ ਲਿਸਟ ਕਿਹਦੇ ਕੋਲ ਲਿਸਟ ਮੈਨੂੰ ਦੇ ਕੇ ਜਾਓ ਹਾਂਜੀ 500 ਰੁਪਇਆ ਗੁਰਮੇਲ ਸਿੰਘ ਜੀ ਮੇਲੂ ਉਹਨਾਂ ਵੱਲੋਂ ਟੂਰਨਾਮੈਂਟ ਕਮੇਟੀ ਨੂੰ ਸਹਾਇਤਾ ਭੇਜੀ ਗਈ ਹੈ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਮਾਈ ਵੀਰੋ ਭਾਈ ਭਗਤ ਦੀ ਕਿਰਪਾ ਕਰਨਾ ਇਸੇ ਤਰ੍ਹਾਂ ਸੇਵਾ ਕਰਨ ਦਾ ਬਲ ਬਖਸ਼ਣ ਜੀ ਕੀ ਮੈਨੂੰ ਅਗਲੇ ਮੈਚ ਦੀ ਲਿਸਟ ਦਿਓ ਪਹਿਲਾਂ ਕਿਹੜੀ ਟੀਮ ਹੈ ਜੀ ਅਗਲੀ ਬਾਈ ਜੀ ਗੁਲਾਬੋ ਕੀ ਮੰਡੀ ਦੇ ਰੂੜੇ ਕੇ ਗਲਾਂ ਨੂੰ ਬੇਨਤੀ ਅਗਲਾ ਮੈਚ ਉਹਨਾਂ ਵਿੱਚ ਆ ਜਾਣ ਹਾਂਜੀ 10 ਰੁਪਏ ਏਕਮ ਕੈਨੇਡਾ 10 ਰੁਪਏ ਬੀਬੀ ਮਨਜੀਤ ਕੌਰ 10 ਰੁਪਏ ਹਿੰਮਤ ਸਿੰਘ ਜੀ ਮੈਂਬਰ 30 ਰੁਪਏ ਲੱਗੇ ਨੇ ਜੀ ਇਸ ਰੇਟ ਤੇ 30 ਰੁਪਈਆਂ ਦੀ ਪਈ ਹੋਈ ਕਬੱਡੀਆਂ ਦੇਖ ਵੀ ਰਿਚੀਆ ਪਿੱਛੇ ਫੜ ਜਾ ਉਧਰ ਦੇਖਦਾ ਖਾਰੇ ਵਾਲਾ ਨੌਜਵਾਨ ਜ਼ਿਲ੍ਹਾ ਫਰੀਦਕੋਟ ਵਾਲਾ ਸੰਘਾ ਉੱਚੋ ਦੀ ਟੀਮ ਦੇ ਲਈ ਇੱਕ ਅੰਕ ਹੋਰ ਜੋੜਦਾ ਹੋਇਆ ਵਾਹ ਜੀ ਵਾਹ ਇੱਧਰ ਰਿਚੀ ਕਹਿੰਦਾ ਵੀ ਜਾਲ ਤੇ ਭਾਰ ਨਾ ਦੇਣ ਜਵਾਕ ਪਿੱਛੇ ਰਹਿਣ ਕਿਉਂਕਿ ਨੌਜਵਾਨਾਂ ਜਿਹੜੇ ਜਾਲ ਉਹਦਾ ਆਪ ਹੀ ਦੂਰ ਬੈਠੇ ਆ ਅਮਰੀਕ ਸਿੰਘ ਨਾਗਾ ਲਹਿਰਾ ਖਾਨਾ ਪਿੰਡ ਹੈ ਅਗਲੇ ਮੈਚ ਲਈ ਰੂੜੇ ਕੇ ਕਲਾਂ ਦੇ ਗੁਲਾਬੋਗਿਆਂ ਦੀ ਟੀਮ ਉਹਨਾਂ ਨੂੰ ਬੇਨਤੀ ਹੈ ਗੁਲਾਬੋਗੇ ਮੰਡੀ ਵਾਲੇ ਉਹ ਵੀ ਆ ਜਾਣ ਪਈ ਹੋਈ ਕਬੱਡੀ ਅਮਰੀਕ ਸਿੰਘ ਦੀ ਇੱਧਰ ਲੱਗਿਆ ਹੋਇਆ ਜ਼ੋਰ ਵੱਜੀ ਹੋਈ ਤਾਲ ਭਰੀ ਹੋਈ ਪਗਲ ਇੱਕ ਪਾਸੇ ਨੌਜਵਾਨ ਦਾ ਪੂਰਾ ਜ਼ੋਰ ਲੱਗਦਾ ਹੋਇਆ ਪੁੱਛੋ ਵਾਲਾ ਜਾਫੀ ਇੱਕ ਜੱਫਾ ਲੱਗਦਾ ਹੋਇਆ
ਲੈਵੀਰ ਮਾਸਟਰ ਜੀ ਬਹੁਤ ਬਹੁਤ ਧੰਨਵਾਦ ਆ ਮੈਚ ਦੀ ਜਿਹੜੀ ਸਮਾਪਤੀ ਦੀ ਵਿਜ਼ਲ ਇਹਦੇ ਵਿੱਚ ਦੱਸੀ ਮੈਨੂੰ ਕਿਹੜੀ ਟੀਮ ਜਿਹੜੀ ਜਿੱਤ ਗਈ ਹੈ ਸਾਡੇ ਸਕੋਰ ਵਾਲੇ ਵੀਰ ਉਹਦਾ ਰਵੀ ਸਟੂਡੀਓ ਪਿੱਥੋ ਵਾਲਾ ਹੈਂਡੀਕੈਪ ਟਾਇਆ ਸਾਡਾ ਵੀਰ ਇਹਨੇ ਕਰਤੱਵ ਕਰਨਾ ਗਾ ਬਾਈ ਜੀ ਲੈ ਰਹੇ ਦੇ 6 ਪੁਆਇੰਟ ਪੁੱਛੋ ਦੇ ਸਾਡੇ 12 ਬਾਟੇ ਇਹਦੇ ਜੋ ਪੁੱਛੋ ਦੀ ਟੀਮ ਜਿੱਤੂ ਆ ਜੀ ਪੁੱਛੋ ਕਲਾਂ ਦੀ ਟੀਮ ਨੂੰ ਮਾਸਟਰ ਗੁਰਦੀਪ ਸਿੰਘ ਜੀ ਜੋ ਉੱਥੇ ਉਹਨਾਂ ਦੇ ਪਿੰਡ ਦੇ ਵਿੱਚ ਪੜਾਉਂਦੇ ਵੀ ਨੇ ਮਾਸਟਰ ਗੁਰਦੀਪ ਸਿੰਘ ਜੀ ਪੁੱਛੋ ਕਲਾਂ ਦੀ ਟੀਮ ਨੂੰ 100 ਰੁਪਇਆ ਭੇਜ ਰਹੇ ਨੇ ਬਹੁਤ ਬਹੁਤ ਧੰਨਵਾਦ ਜੀ ਬਾਈ ਜੀ ਪੁੱਛੋ ਦੀ ਟੀਮ ਮੁਕਾਬਲਾ ਜਿੱਤ ਗਈ ਗਲਾਬੋ ਕੀ ਮੰਡੀ ਤੇ ਰੂੜੇ ਕੇ ਕਲਾਂ ਡੇਰਾ ਰੂਮੀ ਸੇਵਾ ਕਲਾਂ ਦੇ ਰਾਈਆ ਚੌਕਿਆਂ ਦਾ ਮੈਚ ਲੱਗਣਾ ਚੱਕ ਰਾਮ ਸਿੰਘ ਵਾਲਾ ਵੀ ਨਾਲ ਸੇਰੋ ਨੇ ਖੇਡਣਾ ਢੇਲਮਾ ਨਾਲ ਭੀਖੀ ਨੇ ਖੇਡਣਾ ਸੇਮਾ ਕਲਾਂ ਦੇ ਨਾਲ ਉਹ ਤੋਂ ਬਾਅਦ ਖਿੜਕੀ ਵਾਲੇ ਨੇ ਟਿੱਬੀ ਸਰ ਕੱਟੂ ਦੇ ਨਾਲ ਸਮਾਓ ਦੀ ਟੀਮ ਤੇ ਨਿੰਮ ਵਾਲਾ ਇਹ ਟੀਮਾਂ ਆਪਣੇ ਆਪਣੇ ਮੈਚਾਂ ਲਈ ਤਿਆਰ ਰਹਿਣ ਪਹਿਲਾਂ ਮੈਂ ਬੇਨਤੀ ਕਰਦਾ ਕਿਰਪਾ ਕਰਕੇ ਰੂੜੇ ਕੇ ਕਲਾਂ ਦੇ ਗੁਲਾਬੋ ਕੀ ਮੰਡੀ ਸਾਡੇ ਕੋਲੇ ਬਾਈ ਕਰਤੱਬ ਵਾਲਾ ਵੀਰ ਆ ਗਿਆ ਤਾਂ ਆਪਾਂ ਕਰਤੱਬ ਕਰਾ ਦਈਏ ਇਹਨਾਂ ਟੀਮਾਂ ਆਉਂਦੀਆਂ ਨੇ ਮੈਂ ਬੇਨਤੀ ਕਰਦਾ ਕੁਲਦੀਪ ਦੋ ਮੋਟਰਸਾਈਕਲ ਲੈ ਕੇ ਯਾਰ ਮੁੰਡੇ ਦਾ ਕਰਤੱਬ ਕਰਾ ਦੇ 75 ਦੀਆਂ ਐਂਟਰੀਆਂ ਬੰਦ ਆ ਠੀਕ ਹੈ ਜੀ ਤੇ ਓਪਨ ਦੀਆਂ ਐਂਟਰੀਆਂ ਸ਼ੁਰੂ ਆ ਜਿਹੜੇ ਜਿਹੜੇ ਟੀਮਾਂ ਪਹੁੰਚਾ ਦੇ ਉਹ ਓਪਨ ਵਾਲੇ ਐਂਟਰ ਹੋ ਜਾਣਾ 75 ਦੀਆਂ ਐਂਟਰੀਆਂ ਬੰਦ ਕਰ ਦਿੱਤੀਆਂ ਗਈਆਂ ਨੇ ਤੇ ਕਬੱਡੀ ਓਪਨ ਦੀਆਂ ਐਂਟਰੀਆਂ ਚੱਲ ਰਹੀਆਂ ਨੇ ਬੇਨਤੀ ਹੈ ਕਿ ਜਿਹੜੀਆਂ ਟੀਮਾਂ ਪਹੁੰਚੀਆਂ ਨੇ ਆਪਣੀਆਂ ਟੀਮਾਂ ਐਂਟਰ ਕਰਵਾ ਦਿਓ ਬਈ ਕਬੱਡੀ ਓਪਨ ਦੀਆਂ ਜਦੋਂ ਅਸੀਂ ਟਾਈਆਂ ਪਾ ਦਿੱਤੀਆਂ ਫਿਰ ਅਸੀਂ ਕੋਈ ਟੀਮ ਐਂਟਰ ਨਹੀਂ ਕਰਨੀ ਕਬੱਡੀ ਓਪਨ ਦੀਆਂ ਜਿਹੜੀਆਂ ਟੀਮਾਂ ਪਹੁੰਚੀਆਂ ਨੇ ਆਪਣੀਆਂ ਟੀਮਾਂ ਐਂਟਰ ਕਰਵਾਓ ਬਈ ਬਿਲਕੁਲ ਜੀ ਕੁਲਦੀਪ 1000 ਮੋਟਰਸਾਈਕਲ ਲੈ ਕੇ ਮੁੰਡੇ ਦਾ ਕਰਤੱਬ ਕਰਾ ਦਈਏ ਆ ਇੱਕ ਲਿਆ ਪਾ ਚੁੱਕੇ ਅਗਲੇ ਟੀਮਾਂ ਸਤਲਾ ਬਾਈ ਜੀ ਰੂੜੇ ਕੇ ਕਲਾਂ ਦੇ ਗੁਲਾਬੋ ਕੀ ਮੰਡੀ ਇਹ ਟੀਮਾਂ ਨੂੰ ਬੇਨਤੀ ਹੈ ਵੀ ਗਰਾਊਂਡ ਦੇ ਵੱਲ ਰੈਡੀ ਰਹਿਣ ਰੂੜੇ ਕੇ ਕਲਾਂ ਦੇ ਗੁਲਾਬੋ ਕੀ ਮੰਡੀ ਛੇਤੀ ਗਰਾਊਂਡ ਦੇ ਵਿੱਚ ਆ ਜਾਣ ਟੀਮਾਂ ਨੂੰ ਬੇਨਤੀ ਹੈ ਧਿਆਨ ਦੇਣ ਕਿਉਂਕਿ ਸਾਡੇ ਨੌਜਵਾਨ ਵੀਰ ਬਹੁਤ ਜ਼ਿਆਦਾ ਜਿਹੜੇ ਟੂਰਨਾਮੈਂਟ ਚੱਲਦੇ ਨੇ ਮੈਂ ਬੇਨਤੀ ਕਰਦਾ ਕਿਰਪਾ ਕਰਕੇ ਰੂੜੇ ਕੇ ਕਲਾਂ ਦੇ ਗੁਲਾਬੋ ਕੀ ਮੰਡੀ ਪਲੀਜ਼ ਗਰਾਊਂਡ 'ਚ ਆ ਜਾਣ ਆਵਾਜ਼ ਨੂੰ ਸੁਣਦੇ ਸਾਰ ਇੱਕ ਮੋਟਰਸਾਈਕਲ ਲੈ ਕੇ ਆ ਜੋ ਮੁੰਡੇ ਦਾ ਕਰਤੱਬ ਕਰਾ ਦੇਣੇ ਨੇ ਆਪਾਂ ਆ ਮੁੰਡੇ ਨੂੰ ਲਿਆ ਖੜਾ ਇਧਰ ਬਾਈ ਲਈ ਆਈ ਲਈ ਸ਼ਾਬਾਸ਼ ਭੱਜ ਕੇ ਨਾ ਲਿਆ ਇਹ ਵਿਚਾਰਾ ਜਿਹੜਾ ਕੋਈ ਆਉਂਦਾ ਆਸ ਕਰਕੇ ਆਉਂਦਾ ਇਹ ਪਿੱਥੋ ਵਾਲਾ ਗਾ ਨੌਜਵਾਨ ਪਿੱਥੋ ਵਾਲਾ ਕਿੰਨਾ ਸਮਾਂ ਹੋ ਗਿਆ ਤੈਨੂੰ ਕਰਤੱਬ ਕਰਦਿਆਂ ਨੂੰ ਬਾਈ ਜੀ ਕਹਿੰਦੇ 29 ਸਾਲ ਹੋ ਗਏ ਇੱਕ ਵਾਰੀ ਤਾੜੀ ਮਾਰ ਦਿਓ ਨੌਜਵਾਨ ਦਿਨਾਂ ਤੇ ਇੱਕ ਹੋਰ ਵੀ ਖੁਸ਼ੀ ਵਾਲੀ ਗੱਲ ਹੈ ਉਹ ਮਾਈ ਵੀਰੋ ਭਾਈ ਭਗਤ ਦੀ ਦੇਣ ਇੱਕ ਮਿੰਟ ਜੀ ਪਹਿਲਾਂ ਟੀਮਾਂ ਨੂੰ ਬੇਨਤੀ ਹੈ ਰੂੜੇ ਕੇ ਕਲਾਂ ਦੇ ਗੁਲਾਬੋ ਕੇ ਮੰਡੀ ਆ ਜਾਓ ਇਹਦੇ ਕਰੇ ਵਿਚਾਰਾ ਹੈਂਡੀਕੈਪਟਾ ਮਾਂ ਪਿਓ ਦੇ ਗੁਜਰੇ ਵੇੜੇ ਆਪਦੀਆਂ ਭੈਣਾਂ ਬਾਈਆਂ ਨੇ ਦੋ ਬੱਚੀਆਂ ਨੇ ਜਨਮ ਲਿੱਤਾ ਹੁਣ ਆਸ ਰੱਖਦਾ ਬਾਈ ਰੂੜੇ ਵਾਲਿਆਂ ਨੂੰ ਬੇਨਤੀ ਯਾਰ ਪਹੁੰਚਣਾ ਵੀ ਤੀਜਾ ਜਿਹੜਾ ਇਹਦੇ ਕਰੇ ਪੁੱਤਰ ਜਨਮ ਲੈਵੇ ਸਾਰੀ ਸੰਗਤ ਤਾੜੀ ਮਾਰ ਦੋ ਉਹਦੀਆਂ ਦੁਆਵਾਂ ਕਰ ਦੋ ਇੱਕ ਵਾਰੀ ਪੂਰੀਆਂ ਹੋ ਜਾਣ ਧੰਨਵਾਦ ਹੈ ਸਾਡਾ ਵੀਰ ਲੈ ਵੀ ਮੋਟਰਸਾਈਕਲ ਲੈ ਕੇ ਆਇਆ ਕਰਤੱਬ ਕਰੋ ਰੂੜੇ ਕਹਿੰਦੀ ਟੀਮ ਨੂੰ ਬੇਨਤੀ ਹੈ ਗੁਲਾਬੋ ਕੀ ਮੰਡੀ ਨਾਲ ਮੈਚ ਆ ਪਲੀਜ਼ ਗਰਾਊਂਡ ਦੇ ਵਿੱਚ ਆ ਜਾਣ ਰੂੜੇ ਵਾਲੇ ਮੁੰਡੇ ਤਾਂ ਆ ਕੇ ਗੁਲਾਬੋ ਕੇ ਮੰਡੀ ਵਾਲੇ ਲੈ ਵੀ ਤੂੰ ਕਰਤੱਬ ਕਰਾ ਦੇ ਆ ਜਾ ਸ਼ੀਰੇ ਰਾਈਆ ਪਹੁੰਚ ਬਈ ਸੇਮਾ ਤੇ ਰਾਈਆ ਸੇਮਾ ਤੇ ਰਾਈਆ ਡੇਰਾ ਰੂਮੀ ਸੇਮਾ ਵਸ ਰਾਈਆ ਹਾਂਜੀ ਕਾਂਤੀ ਨੂੰ ਕਿਰਪਾ ਰਾਮ ਪੰਡਤ ਤੇ ਚੱਕ ਰਾਮ ਸਿੰਘ ਦਾ ਬੀ ਟੀਮ ਕਿਰਪਾ ਰਾਮ ਪੰਡਤ ਵੱਲੋਂ 10 ਰੁਪਏ ਜੀ ਕਾਂਤੀ ਨੂੰ ਠੀਕ ਹੈ ਜੀ ਬਾਈ ਜੀ ਗੁਲਾਬੋ ਕੀ ਮੰਡੀ ਤੇ ਮੰਡੀ ਕਲਾਲੇ ਰੂੜੇ ਕਾਲੇ ਮੁੰਡੇ ਤਾਂ ਆ ਗਏ ਲੈ ਵੀ ਕਿਤਾਬ ਕਰਦੇ ਪਿੱਥੋ ਵਾਲਿਆ ਕਿਉਂਕਿ ਪਰਮਾਤਮਾ ਨਾ ਹੈਲੋ ਇਨਸਾਨ ਚ ਵਸਦਾ ਹੁੰਦਾ ਹਾਂਜੀ ਬਾਈ ਗੁਲਾਬੋ ਕੇ ਮੰਡੀ ਵਾਲੇ ਸਾਨੂੰ ਦੱਸ ਕੇ ਜਾਣਗੇ ਆਉਣਗੇ ਕਿ ਨਹੀਂ ਉਹ ਗੁਲਾਬੋ ਕੇ ਮੰਡੀ ਵਾਲਿਓ ਹਰਜਿੰਦਰ ਜੀ ਡਾਕਟਰ ਸੁਖਵਿੰਦਰ ਜੀ ਕਿਉਂਕਿ ਡਾਕਟਰ ਹੁੰਦਾ ਨਾ ਜਿਹੜਾ ਮਰੀਜ਼ ਤੇ ਮੌਤ ਦੇ ਵਿਚਾਲੇ ਕੜੀ ਦਾ ਕੰਮ ਕਰਦਾ ਕਈ ਹੈ ਡਾਕਟਰ ਆਉਂਦੀ ਮੌਤ ਨੂੰ ਵੀ ਟਾਲ ਦਿੰਦਾ ਪਰ ਟਾਲ ਤਾਂ ਨਹੀਂ ਸਕਦਾ ਭੁਲਾ ਦਿੰਦਾ ਗਾ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਇਧਰ ਕਰਤੱਬ ਕਰਦਾ ਸੀਰੇ ਨੌਜਵਾਨ ਨੇ ਇਹਦੀ ਅਗਲੇ ਸਾਲ ਵਾਹਿਗੁਰੂ ਕਰੇ ਮਾਈ ਵੀਰੋ ਭਗਤ ਲੈ ਸੀਰੇ ਇੱਕ ਵਾਰੀ ਫਿਰ ਤੇਰਾ ਫ੍ਰੀ ਕਰਤੱਬ ਕਰਾਵਾਂਗੇ ਠੀਕ ਹੈ ਨਾ ਇਹ ਵੀ ਤੇਰੇ ਨਾਲ ਵਾਅਦਾ ਰਿਹਾ ਮਾਰ ਦੋ ਤਾੜੀ ਵੀ ਨੌਜਵਾਨੋ ਅਗਲੀ ਵਾਰ ਖੁਸ਼ੀਆਂ ਲੱਗਿਆ ਉਹਨੇ ਤੇ ਕਰੇ ਕਿਉਂਕਿ ਅੱਜ ਮੈਂ ਬੇਨਤੀ ਕਰਦਾ ਗੁਲਾਬੋ ਕੀ ਮੰਡੀ ਗੁਰਤੇਜ ਮੋਟਰਸਾਈਕਲ ਇਕੱਠੇ ਲਾ ਦੇ ਵੀਰੇ ਗੁਲਾਬੋ ਕੀ ਮੰਡੀ ਕਿਉਂ ਨਹੀਂ ਆ ਰਹੀ ਗੁਲਾਬੋ ਕੀ ਮੰਡੀ ਗੁਲਾਬੋ ਕੀ ਮੰਡੀ ਦੀ ਟੀਮ ਪਹੁੰਚ ਜਾ ਬਾਈ ਇੱਕ ਮਿੰਟ ਦੇ ਵਿੱਚ ਆ ਜਾਏ ਗੁਲਾਬੋ ਕੀ ਮੰਡੀ ਦੀ ਟੀਮ ਅਗਲੀ ਟੀਮਾਂ ਸਦਾ ਬਾਈ ਇਹ ਨਹੀਂ ਆਉਂਦੀ ਕੱਟ ਦੋ ਬਾਈ ਜੀ ਨਾਲ ਹੀ ਬੇਨਤੀ ਹੈ ਵੀ ਡੇਰਾ ਸੇਮਾ ਕਲਾਂ ਦੇ ਰਾਈਆ
ਇਹ ਵੀ ਟੀਮਾਂ ਕਿਰਪਾ ਕਰਕੇ ਰੈਡੀ ਰਹਿਣ, ਡੇਰਾ ਸੇਵਾ ਕਲਾਂ ਦੇ ਰਾਈਆ ਉਹਨਾਂ ਨੇ ਮੈਚ ਖੇਡਣਾ, ਉਹ ਵੀ ਕਿਰਪਾ ਕਰਕੇ ਗਰਾਊਂਡ 'ਚ ਆ ਜਾਣ। ਇਹ ਮੈਨੂੰ ਲੱਗਦਾ ਜਿਹੜੇ ਗੁਲਾਬੋ ਕੀ ਮੰਡੀ ਭਰੀ ਆ, ਇਹ ਦੋ ਟੀਮਾਂ ਤਾਂ ਨਹੀਂ ਭਰੀ ਬੈਠੇ, ਕਿਤੇ ਭਰੀ ਬੈਠੇ ਤਾਂ ਹੀ ਕਹਿੰਦਾ ਵੀ ਘੱਟ ਦੋ ਦੂਜੀ। ਇਹ ਦਰਸ਼ਕ ਵੀਰੋ ਮੈਂ ਤਾਂ ਸੱਚ ਬੋਲਦਾ ਹੁੰਦਾ ਜਿੱਥੇ ਜਾਣਾ, ਇਹ ਟੀਮਾਂ ਦੋ ਭਰ ਦਿੰਦੇ ਨੇ, ਇੱਕ ਬਾਬਿਆਂ ਦੇ ਨਾਂ 'ਤੇ ਭਰ ਦਿੰਦੇ ਆ, ਜਿਹੜਾ ਤਕੜੇ ਨਾਲ ਮੈਚ ਆ ਕੇ ਦੂਜੇ ਨਾਲ ਖੇਡ ਜਾਂਦੇ ਆ। ਇਹ ਇੱਕ ਬੇਨਤੀ ਕਰਦਾ ਪਲੇਅਰੋ, ਚਾਹੇ ਜੇ ਤੁਸੀਂ ਸੋਚ ਲੈ ਕੇ ਆਓਗੇ ਨਾ ਵੀ ਦੋ ਟੀਮਾਂ ਭਰਨੀਆਂ, ਤੁਸੀਂ ਸਾਰੀ ਉਮਰ ਦੋ ਵਾਲੀ ਰਹਿ ਜਾਓਗੇ। ਇਹ ਬੇਨਤੀ ਹੈ, ਜੇ ਆਪਾਂ ਗੁਰੂ ਘਰ ਜਾਣਾ ਹੋਵੇ ਵੀ ਮੱਥਾ ਟੇਕਣਾ, ਮੱਥਾ ਤਾਂ ਆਪਣਾ ਉਦੋਂ ਹੀ ਟੇਕ ਜਾਂਦਾ ਹੁੰਦਾ ਗਾ। ਇਹ ਬੇਨਤੀ ਆ ਵੀ ਇੱਕ ਟੀਮ ਭਰਿਆ ਕਰੋ, ਜਿਹਨੇ ਜਿੱਤਣਾ ਗਾ ਤਕੜੇ ਨਾਲ ਖੇਡ ਕੇ ਤਕੜੇ ਬਣੋਗੇ, ਜੇ ਮਾੜੇ ਨਾਲ ਖੇਡੋਗੇ ਤਾਂ ਮਾੜੇ ਬਣੋਗੇ। ਇਹਦੇ 'ਚੋਂ ਰੂੜੇ ਕਿਆਂ ਦੀ ਟੀਮ ਜੇਤੂ ਆ। ਹਾਂਜੀ, ਅਗਲੀਆਂ ਟੀਮਾਂ ਨੂੰ ਬੋਲਦੇ ਬਾਈ। ਇਹਦੇ 'ਚੋਂ ਰੂੜੇ ਕਿਆਂ ਦੀ ਟੀਮ ਜੇਤੂ ਆ। ਹੁਣ ਮੈਂ ਬੇਨਤੀ ਕਰਦਾ ਕਿਰਪਾ ਕਰਕੇ ਡੇਰਾ ਰੂਮੀ ਸੇਮਾ ਕਲਾਂ ਦੇ ਰਾਈਆ ਜੀ, ਹੁਣ ਮੈਨੂੰ ਲੱਗਦਾ ਇਹਨਾਂ ਦਾ ਵੀ ਇਹੀ ਕੰਮ ਲੱਗਦਾ, ਇਹ ਵੀ ਦੋ ਭਰੀ ਬੈਠੇ ਸੇਮੇ ਵਾਲੇ। ਬਾਈ ਜੀ ਸੇਮਾ ਕਲਾਂ ਡੇਰਾ ਰੂਮੀ ਅਤੇ ਰਾਈਆ, ਪਲੀਜ਼ ਮੈਂ ਬੇਨਤੀ ਕਰਦਾ ਵੀ ਆਵਾਜ਼ ਨੂੰ ਸੁਣਦੇ ਸਰ ਗਰਾਊਂਡ 'ਚ ਆਉਣ ਜੀ। ਬਿਲਕੁਲ ਜੀ ਬਿਲਕੁਲ। ਬਾਈ ਮੈਂ ਬੇਨਤੀ ਕਰਦਾ ਸਾਡੇ ਨੌਜਵਾਨ ਵੀਰਾਂ ਨੂੰ ਧਿਆਨ ਦੇਣ, ਮਾੜਾ ਜਿਹਾ ਗਰਾਊਂਡ ਖਾਲੀ ਪਿਆ ਗਾ, ਰਾਈ ਵਾਲੇ ਮੁੰਡੇ ਅਤੇ ਡੇਰਾ ਰੂਮੀ ਸੇਵਾ ਕਲਾਂ ਦੀ ਟੀਮ ਵੀ ਗਰਾਊਂਡ 'ਚ ਆ ਜਾਏ, ਉਹ ਤੋਂ ਬਾਅਦ ਜਿਹੜਾ ਮੈਚ ਲੱਗਣਾ ਹੈਗਾ ਉਹ ਕਿਰਪਾ ਕਰਕੇ ਚੌਕਿਆਂ ਦੀ ਟੀਮ ਦੇ ਚੱਕ ਰਾਮ ਸਿੰਘ ਵਾਲਾ ਵੀ, ਸ਼ੇਰੋਂ ਦੀ ਟੀਮ ਦੇ ਢੇਲਵਾਂ, ਭੀਖੀ ਦੀ ਟੀਮ ਦੇ ਸੇਵਾ ਕਲਾਂ ਖਿੜਕੀਆਂ ਵਾਲਾ ਦੇ ਟੀਬੀ ਸਰ ਕੱਟੂ, ਸਮਾਉ ਦੇ ਡੇਰਾ ਬਾਬਾ ਨਿੰਮ ਵਾਲਾ। ਹਾਂਜੀ, ਆਹ ਦੋਨੇ ਟੀਮਾਂ ਜਿਹੜੇ ਮੈਚ ਬੋਲਿਆ ਦੋਨੇ ਟੀਮਾਂ ਆ ਜਾਣ ਬਾਈ। ਬਾਈ ਜੀ ਇਹ ਡੇਰਾ ਰੂਮੀ ਸੇਮਾ ਕਲਾਂ ਦੀ ਟੀਮ ਤੇ ਰਾਈਆ, ਰਾਈ ਵਾਲੇ ਤਾਂ ਆ ਗਏ ਨੇ, ਸੇਮਾ ਕਲਾਂ ਵਾਲੇ ਆ ਜਾਓ, ਸੇਮਾ ਕਲਾਂ ਦੀ ਟੀਮ ਆ ਜਾਓ, ਡੇਰਾ ਰੂਮੀ ਵਾਲੀ ਬਾਈ। ਇੱਕ ਮੈਂ ਬੇਨਤੀ ਕਰਦਾ, ਤੁਸੀਂ ਫਿਰ ਮੂਹਰੇ ਜੇ ਨਹੀਂ ਆਉਣਾ, ਡੇਰਾ ਕੋਲ ਖਾਣੇ ਹੁੰਦੇ ਰੂਮੀ ਬਾਬੇ ਨੂੰ ਕੋਈ ਕਟਾਉਣੇ ਹੁੰਦੇ, ਵਿਚਾਰੇ ਨੂੰ ਵੀ ਕੱਟੀ ਗਈ। ਇਹ ਬੇਨਤੀ ਹੈ, ਕਿਉਂ ਬਿੰਦਰਾ ਸਹੀ ਹੈ ਨਾ ਗੱਲ, ਆਪਦਾ ਨਾਲ ਖਾਇਆ ਕਰੋ, ਡੇਰਾ ਰੂਮੀ ਨਾ ਪਵਾਇਆ ਕਰੋ ਪਿੱਛੇ, ਨਾਲ ਜਿਹੜਾ ਸੇਵਾ ਕਲਾਂ ਕਹਾ ਆਪਦਾ ਨਾ ਪਵਾਇਆ ਕਰੋ। ਇਹ ਬੇਨਤੀ, ਉੱਥੇ ਬਾਬਿਆਂ ਦਾ ਨਾਂ ਨਾ ਬਦਨਾਮ ਕਰਿਆ ਕਰੋ, ਪਲੀਜ਼ ਮੈਂ ਬੇਨਤੀ ਕਰਦਾ। ਸੇਵਾ ਦੀ ਟੀਮ, ਸੇਵਾ ਕਲਾਂ ਦੀ ਟੀਮ ਆ ਜਾਓ ਬਾਈ, ਡੇਰਾ ਰੂਮੀ ਸੇਵਾ ਕਲਾਂ ਪਹੁੰਚੋ ਜੀ, ਸੇਵਾ ਕਲਾਂ ਦੀ ਟੀਮ ਇੱਕ ਮਿੰਟ ਦੇ ਵਿੱਚ ਹੀ ਆ ਜਾਏ, ਅਗਲੀਆਂ ਟੀਮਾਂ ਦੇ ਵਿੱਚ ਜਿਨ੍ਹਾਂ ਦੇ ਮੈਚ ਬੋਲਣ ਨੇ ਉਹ ਵੀ ਪਹੁੰਚਣ ਗਰਾਊਂਡ 'ਚ ਬਾਈ। ਚੌਕੇ ਦੇ ਚੱਕਰਾਮ ਸਿੰਘ ਵਾਲਾ ਵੀ, ਚੌਕੇ ਵਰਸੇ ਚੱਕਰਾਮ ਸਿੰਘ ਵਾਲਾ ਵੀ, ਉਹ ਟੀਮਾਂ ਨੂੰ ਬੇਨਤੀ ਆ ਵੀ ਉਹ ਵੀ ਗਰਾਊਂਡ 'ਚ ਆ ਜਾਣ। ਚੌਕੇ ਦੇ ਚੱਕਰਾਮ ਸਿੰਘ ਵਾਲਾ ਵੀ, ਚੌਕੇ ਦੇ ਚੱਕਰਾਮ ਸਿੰਘ ਵਾਲਾ ਵੀ, ਦੋਨੇ ਟੀਮਾਂ ਵੀ ਆ ਜਾਣ ਲੱਗ ਗਏ ਗਰਾਊਂਡ ਦੇ। ਇਹ ਦੋ ਦੋ ਟੀਮਾਂ ਭਰ ਜਾਂਦੇ ਆ, ਰਾਤ ਡੇਢ ਵੱਜ ਗਿਆ ਪੱਖੋ ਕੇ ਦੇ ਟੂਰਨਾਮੈਂਟ 'ਤੇ। ਇਹ ਬੇਨਤੀ ਹੈ ਵੀ ਪਲੇਅਰ ਆਉਂਦੇ ਨਹੀਂ ਟਾਈਮ 'ਤੇ, ਪਤਾ ਨਹੀਂ ਕੀ ਕਰਦੇ। ਸੇਮੇ ਵਾਲੇ, ਸੇਮੇ ਵਾਲੇ ਪਹੁੰਚੇ ਜੀ, ਡੇਰਾ ਰੂਮੀ ਸੇਮਾ ਕਲਾਂ, ਡੇਰਾ ਰੂਮੀ ਸੇਮਾ ਕਲਾਂ। ਇੱਕ ਮਿੰਟ ਲਾ ਦੇ ਬਾਈ, ਇਹਨਾਂ ਦਾ ਹੂਟਰ ਲਾ ਦਿਓ, ਰਾਈ ਆ ਗਈ, ਠੀਕ ਹੈ, ਰਾਈ ਆ ਗਈ ਹੈ, ਬਸ ਸੇਮੇ ਵਾਲਿਆਂ ਦਾ ਹੂਟਰ ਲਾਓ ਅਤੇ ਇਹਨੇ ਜੇਤੂ ਕਰਾਰ ਦੇ ਦਿਓ। ਚੌਕੇ ਦੇ ਚੱਕਰਾਮ ਸਿੰਘ ਦਾ ਸਤਲਾ ਗਾ। ਇੱਕ ਬੇਨਤੀ ਆ, ਪਲੇਅਰਾਂ ਨੂੰ ਕਬੱਡੀ ਦੇ ਟੂਰਨਾਮੈਂਟ ਘੱਟ ਰਹਿ ਗਏ, ਜੇ ਆਹੀ ਹਾਰ ਹੈ ਨਾ ਦੋ ਕੁ ਸਾਲ ਨੂੰ, ਤੁਸੀਂ ਮੈਨੂੰ ਐਂ ਲੱਗਦਾ ਵੀ ਅੱਧੇ ਤਾਂ ਨਰੇਗਾ 'ਚ ਹੋਊਂਗੇ, ਇਹ ਤੁਹਾਡੇ ਨਾਲ ਵਾਅਦਾ ਰਿਹਾ। ਸਹੀ ਹੈ ਨਾ ਗੱਲ ਬਾਈ, ਤਾੜੀ ਮਾਰ ਕੇ ਦੱਸ ਦਿਓ, ਕਿਉਂਕਿ ਲੋਕ ਨੇ ਜਿਹੜੇ ਵਿਚਾਰੇ ਉਹ ਟੂਰਨਾਮੈਂਟ ਵੇਖਣ ਆਉਂਦੇ ਨੇ, ਇੱਕ ਤਿੰਨ ਤਿੰਨ ਟੀਮਾਂ ਭਰ ਜਾਂਦੇ ਆ, ਪਰ ਸਾਡਾ ਬੋਲਣ ਵਾਲਾ ਸਾਡੇ ਤੋਂ ਤੁਸੀਂ ਗੁੱਸਾ। ਪਲੀਜ਼ ਮੈਂ ਬੇਨਤੀ ਕਰਦਾ ਵੀ ਸੇਵਾ ਕਲਾਂ ਦੀ ਟੀਮ ਗਰਾਊਂਡ ਦੇ ਵਿੱਚ ਆਵੇ, ਲੋਕਾਂ ਤੋਂ ਗੱਲਾਂ ਪੁੱਛ ਕੇ ਦੇਖਿਆ ਕਰੋ, ਉਹਨਾਂ ਦੇ ਮਣਿਆਂ ਨੂੰ ਵਿਚਾਰਿਆਂ ਨੇ ਕਿਸੇ ਨੇ ਸਪਰੇਅ ਕਰਨੀ ਆ, ਕਿਸੇ ਨੇ ਪਾਣੀ ਲਾਉਣਾ, ਤੁਸੀਂ ਜਾ ਕੇ ਦੇਖਿਆ ਕਰੋ, ਕਣਕ ਦੀਆਂ ਜੜ੍ਹਾਂ 'ਚ ਕਾਲਾ ਤੇਲਾ ਪਿਆ ਪਿਆ, ਜੇ ਪਤਾ ਹੋਵੇ ਤੁਹਾਨੂੰ ਫੇਰ ਆ। ਸੇਵਾ ਕਲਾਂ ਦੀ ਟੀਮ ਆਊਗੀ ਕਿ ਨਹੀਂ ਬਾਈ? ਪਲੀਜ਼ ਸੇਵਾ ਕਲਾਂ ਡੇਰਾ ਰੂਮੀ ਸੇਵਾ ਕਲਾਂ ਪਹੁੰਚੇ, ਚੌਕੇ ਦੇ ਚੱਕਰਾਮ ਸਿੰਘ ਵਾਲਾ ਵੀ। ਇਹਨਾਂ ਨੇ ਪਲੇਅਰਾਂ ਨੇ ਆਪ ਤਾਂ ਮਾਂ ਦੇ ਪੁੱਤਾਂ ਨੇ ਮਰਨਾ ਗਾ, ਮੈਨੂੰ ਲੱਗਦਾ ਸਾਨੂੰ ਵੀ ਮਾਰਨਗੇ ਨਾਲ। ਕਬੱਡੀ ਓਪਨ ਦੀਆਂ ਜਿਹੜੀਆਂ ਟੀਮਾਂ ਪਹੁੰਚੇ ਨੇ, ਆਪਣੀ ਟੀਮਾਂ ਐਂਟਰ ਕਰਵਾ ਦਿਓ, ਅਸੀਂ ਥੋੜੇ ਸਮੇਂ 'ਚ ਟਾਂਗਾਂ ਪਾਉਣ ਲੱਗੇ ਹਾਂ। ਕਬੱਡੀ ਇੱਕ ਦਿਨ ਦੇ ਵਿੱਚ ਘੱਟੋ ਘੱਟ 3 ਕਰੋੜ ਰੁਪਈਆ ਲੋਕਾਂ ਨੂੰ ਦਿੰਦੀ ਹੈ, ਆ ਰੇਹੜੀਆਂ ਵਾਲੇ, ਜਾਲ ਵਾਲੇ, ਸਾਊਂਡ ਵਾਲੇ, ਸਾਰੇ ਲੋਕਾਂ ਨੂੰ ਜਿਹੜੀ ਕਬੱਡੀ ਨੇ ਜੇ ਜੁੜੇ ਹੋ ਤਾਂ ਮਿਲਦੇ ਆ ਰੁਜ਼ਗਾਰ, ਜੇ 365 ਹੋਵੇ, ਜੇ ਸਟੂਡੀਓ ਹੋਵੇ ਕਬੱਡੀ ਦੇ ਨਾਲ ਹੀ ਹੈ, ਜੇ ਇਹ ਨਾ ਹੋਵੇ ਤਾਂ ਕੁਛ ਨਹੀਂ ਹੋਣਾ ਗਾ। ਇਹ ਬੇਨਤੀ ਕਰਦਾ ਗਾ, ਕਿਉਂਕਿ ਮੈਂ ਆਵਾਜ਼ ਨੂੰ ਸੁਣਦੇ ਸਰ ਸਾਡੇ ਵੀਰ ਚੌਕੇ ਵਾਲੇ ਆ ਗਏ ਨੇ, ਚੱਕਰਾਮ ਸਿੰਘ ਵਾਲੇ ਮੁੰਡੇ ਆ ਜਾਣ ਜੀ, ਚੱਕਰਾਮ ਸਿੰਘ ਵਾਲੇ। ਚੌਕਿਆਂ ਦੀ ਟੀਮ ਬਹੁਤ ਵਧੀਆ ਪਿਛਲੇ ਦਿਨੀ ਮੁੰਡਿਆਂ ਨੇ ਲੱਖੇ ਦੇ ਟੂਰਨਾਮੈਂਟ ਦੇ ਨਾਲ ਮੈਂ ਦੇਖਿਆ ਵੀ ਜਿੱਥੇ ਇਹਨਾਂ ਮੁੰਡਿਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ, ਭਾਗੂ ਦੇ ਕਬੱਡੀ ਕੱਪ ਦੇ ਜਦੋਂ ਗੁਆਂਢੀ ਪਿੰਡ ਬਾਬਾ ਕਿਸ਼ਨ ਦਾਸ ਦੀ
ਬਾਬਣੀ ਬੇਤਾ ਧਰਤੀ ਦੇ ਟੂਰਨਾਮੈਂਟ ਹੋਇਆ ਪਿੰਡ ਵਾਲਿਆਂ ਨੂੰ ਵੀ ਇੱਕ ਮਿੰਟ ਹੀ ਡੀਕੀ ਬਸ ਠੀਕ ਆ ਆਪਾਂ ਸਾਰੇ ਵਾਸਤੇ ਇੱਕ ਮਿੰਟ ਹੀ ਲਾਉਣਾਗਾ ਬਿੱਲ ਆ ਗਿਆ ਠੀਕ ਆ ਨਹੀਂ ਕੱਟਦੀ ਓ ਤੂੰ ਕੱਪੜੇ ਲਾ ਲਾ ਰਿੱਚੀ ਹੈਲੋ ਚੱਕ ਰਾਮ ਸਿੰਘ ਵਾਲਾ ਬੀ ਟੀਮ ਦੀ ਪਹੁੰਚੇ ਜਲਦੀ ਜਲਦੀ ਗਰਾਊਂਡ ਦੇ ਵਿੱਚ ਚੱਕ ਰਾਮ ਸਿੰਘ ਵਾਲਾ ਬੀ ਚੱਕ ਰਾਮ ਸਿੰਘ ਵਾਲਾ ਬੀ ਪਹੁੰਚੋ ਜੀ ਚੱਕ ਰਾਮ ਸਿੰਘ ਵਾਲਾ ਬੀ ਇਹ ਤੋਂ ਬਾਅਦ ਮੈਚ ਲੱਗਣਾ ਸੇਰੋ ਤੇ ਢੇਲਵਾਂ ਭੀਖੀ ਦੇ ਸੇਵਾ ਕਲਾ ਖਿੜਕੀ ਵਾਲੇ ਦੀ ਟੀਮ ਤੇ ਕੱਟੂ ਸਮਾਉ ਤੇ ਨਿੰਮ ਵਾਲਾ ਮੋੜ ਸਮਾਉ ਤੇ ਨਿੰਮ ਵਾਲਾ ਰਾਈਆ ਜੇਤੂ ਤੁਸੀਂ ਜਾਓ ਸੇਵਕ ਲੱਖੇ ਦਾ ਯਾਰ ਦੋਨਾਂ ਚੋਂ ਇੱਕ ਦਬੰਗ ਉਹ ਵੱਖਰੀ ਜਾਣਦੇ ਆ ਕੌਣ ਆ ਬਾਈ ਕਿਉਂ ਨੀ ਆ ਰਹੇ ਚੱਕ ਰਾਮ ਸਿੰਘ ਵਾਲੇ ਕਿਉਂ ਨੀ ਆ ਰਹੇ ਚੱਕ ਰਾਮ ਸਿੰਘ ਵਾਲਾ ਬੀ ਦੀ ਟੀਮ ਨੂੰ ਕੱਟਣ ਲੱਗੇ ਬਈ ਇੱਕ ਮਿੰਟ ਦੇ ਵਿੱਚ ਗਰਾਊਂਡ ਦੇ ਵਿੱਚ ਆ ਜੇ ਚੱਕ ਰਾਮ ਸਿੰਘ ਵਾਲਾ ਬੀ ਦੀ ਟੀਮ ਇੱਕ ਮੈਂ ਬੇਨਤੀ ਕਰਦਾ ਸਾਡੇ ਨੌਜਵਾਨ ਮਿੱਤਰਾਂ ਨੂੰ ਜਿਹੜੇ ਕੋਚ ਸਾਹਿਬਾਨ ਨੇ ਨਾ ਸਾਰੇ ਬਾਈ ਗੁੱਸਾ ਨਾ ਕਰੋ ਸਾਰੇ ਪਿੰਡਾਂ 'ਚ ਕਿਉਂਕਿ ਬਹੁਤ ਸਿਆਣੇ ਵੀਰ ਆ ਤੁਸੀਂ ਸਮਝਦਾਰ ਹੋ ਪਹਿਲਾਂ ਪਲੇਅਰਾਂ ਦੇ ਵਿੱਚ ਇਹ ਆਦਤਾਂ ਪਾਇਆ ਕਰੋ ਫਿਰ ਇੱਕ ਬੰਦਾ ਕਹਿੰਦਾ ਮੇਰਾ ਨਾਂ ਤਾਂ ਬੋਲੀ ਚਲੋ ਫਲਾਨੇ ਪਿੰਡ ਮੈਂ ਆ ਕਰਿਆ ਉਹਨਾਂ 'ਚ ਆਦਤਾਂ ਪਾਇਆ ਕਰੋ ਚੰਗੀਆਂ ਇਹ ਵੀ ਸਮੇਂ 'ਤੇ ਆਉਣਾ ਸਮੇਂ ਦੀ ਕਦਰ ਕਰਨਾ ਆਪਦਾ ਨਾਂ ਤੇ ਪੋਸਟਰ ਤਾਂ ਜ਼ਰੂਰ ਲਿਖਿਆ ਦਿੰਦੇ ਵਿੱਚ ਮੈਂ ਬੇਨਤੀ ਕਰਦਾ ਵੀ ਫਲਾਨੀ ਟੀਮ ਦਾ ਮੈਂ ਕੋਚ ਹਾਂ ਇਹਦਾ ਮੈਂ ਕੋਚ ਹਾਂ ਇਹਨੂੰ ਮੈਂ ਇੰਨੇ ਦਿਨ ਕੈਂਪ ਲਵਾਇਆ ਇਹਨਾਂ ਨੂੰ ਐਂ ਖੜਾਇਆ ਹੈਗਾ ਇਹਨਾਂ 'ਚ ਇਹ ਵੀ ਆਦਤਾਂ ਪਾਓ ਵੀ ਸਮੇਂ 'ਤੇ ਆਇਆ ਕਰੋ ਗਰਾਊਂਡ 'ਚ ਉਹ ਕੋਚਿੰਗ ਹੁੰਦਾ ਮੈਂ ਬੇਨਤੀ ਕਰਦਾ ਬਹੁਤ ਬਹੁਤ ਧੰਨਵਾਦ ਗੁੱਸਾ ਨਾ ਕਰਨ ਸਾਡੇ ਵੀਰ ਹੁਣ ਚੱਕਾਂ ਦੀ ਟੀਮ ਨੂੰ ਬੇਨਤੀ ਹੈ ਵੀ ਗਰਾਊਂਡ ਦੇ ਵਿੱਚ ਆਉਣ ਦੀ ਕਿਰਪਾਲਤਾ ਕਰੋ ਲੈ ਚਾਰ ਮੈਚਾਂ ਦੇ ਵਿੱਚੋਂ ਇੱਕ ਮੈਚ ਨਹੀਂ ਹੋਇਆ ਚੱਕ ਰਾਮ ਸਿੰਘ ਵਾਲਾ ਬੀ ਟੀਮ ਨਿਬੇੜਦੀ ਹੈ ਕੰਮ ਚਲੋ ਜੀ ਫਿਰ ਤੁਸੀਂ ਵੀ ਚਲੋ ਸ਼ਾਬਾਸ਼ ਅਗਲੀਆਂ ਟੀਮਾਂ ਦੱਸੋ ਬਾਈ ਅਗਲੀਆਂ ਜੀ ਬਸ ਇਕੱਲੀਆਂ ਦੱਸੀ ਜਾਂਦੇ ਖੇਡਦੀ ਤਾਂ ਕੋਈ ਹੈ ਹੀ ਨਹੀਂ ਬਾਈ ਟੀਮ ਕਾਂਤੀ ਹਾਂਜੀ ਟੀਮਾਂ ਲਿਖਾਏ ਦਾ ਫਾਇਦਾ ਕੀ ਐਂਟਰ ਕਰਾਏ ਦੇ ਹੁੰਦੇ ਮਾਰੀ ਜਾਂਦੇ ਵੇਖ ਲਓ ਸੇਰੋਂ ਤੇ ਢੇਲਵਾ ਜੀ ਸੇਰੋਂ ਤੇ ਢੇਲਵਾ ਜੀ ਸੇਰੋਂ ਤੇ ਢੇਲਵਾ ਸੇਰੋਂ ਤੇ ਢੇਲਵਾ ਸੇਰੋਂ ਤੇ ਢੇਲਵਾ ਇਹ ਗਰਾਊਂਡ 'ਚ ਆ ਜਾਣ ਸੇਰੋਂ ਤੇ ਢੇਲਵਾ ਢੇਲਵਾ ਜੀ ਆਪਣੇ ਕੋਲ ਫੋਨ ਤੇ ਐਂਟਰ ਹੋਈ ਵੀ ਅੱਜ ਤੱਕ ਮਤਲਬ ਵੇਟ ਕਰਾ ਕੇ ਵੀ ਨਹੀਂ ਗਈ ਅੱਛਾ ਜੀ ਉਹ ਤੂੰ ਕਹਾਣਾ ਮੈਚ ਬੋਲਦੇ ਭਿੱਖੀ ਤੇ ਸੇਮਾ ਕਲਾ ਹਾਂਜੀ ਬਾਈ ਕਾਂਤੀ ਜਿਹੜੇ 68 ਕਿਲੋ ਭਾਰ ਦੀ ਫਾਈਨਲ ਦੀਆਂ ਟੀਮਾਂ ਨੇ ਦੋਨਾਂ ਉਹ ਬੁਲਾਓ ਉਹ ਵੀ ਆ ਜਾਣ ਹਾਂਜੀ ਦੋਨੇ ਟੀਮਾਂ ਉਹਨਾਂ ਨੂੰ ਬੁਲਾ ਲਓ ਵੀਰੇ ਹਰਪ੍ਰੀਤ ਕਿਹੜੀਆਂ ਟੀਮਾਂ ਨੇ ਦੱਸੀ ਮਾਣੇ 68 ਵਾਲੀਆਂ ਫਾਈਨਲ ਵਾਲੀਆਂ ਬਾਈ ਜੀ ਨਾਲ ਸੇਰੋ ਦੇ ਢੇਲਵਾਂ ਭੀਖੀ ਦੇ ਸੇਮਾ ਕਲਾ ਮਾੜੀ ਮੁਸਤਕਾ ਤੇ ਬਾਲਿਆਂ ਵਾਲੀ 68 ਕਿਲੋ ਦਾ ਫਾਈਨਲ ਮੈਚ ਮਾੜੀ ਦੀ ਟੀਮ ਦਾ ਮੈਚ ਜਿਹੜਾ ਲੱਗਣਾ ਗਾ ਬਾਲਿਆਂ ਵਾਲੀ ਦੇ ਨਾਲ ਫਾਈਨਲ ਉਹ ਵੀ ਰੈਡੀ ਰਹਿਣ ਪੈਕਾ ਕਰ ਇਹਨਾਂ ਨੂੰ ਮੈਂ ਬੇਨਤੀ ਕਰਦਾ ਸੇਰੋ ਦੇ ਢੇਲਵਾਂ ਭੀਖੀ ਦੇ ਸੇਮਾ ਕਲਾ ਇਹ ਧਿਆਨ ਦੇ ਰਹੇ ਸਾਡੇ ਨੌਜਵਾਨ ਵੀਰ ਇਹ ਜਿਹੜੇ ਰਾਤ ਦੇ 2-2 ਵੱਜਦੇ ਨਾ 3-3 ਵੱਜਦੇ ਤੁਹਾਡਾ ਕਾਰਨ ਨਹੀਂ ਆ ਆ ਜਿੰਨੇ ਲੋਕ ਆਉਂਦੇ ਵਿਚਾਰਾਂ ਨੂੰ ਪੁੱਛ ਕੇ ਦੇਖਿਆ ਕਰੋ ਸਾਨੂੰ ਪੈਸੇ ਮਿਲ ਜਾਂਦੇ ਆ ਸਾਰੇ ਲੈ ਜਾਂਦੇ ਕਮੈਂਟਰੀ ਵਾਲੇ ਰੈਫਰੀ ਤੁਸੀਂ ਜਿੱਤ ਕੇ ਵਗ ਜਾਂਦੇ ਹੋ ਆ ਜਿਹੜੇ ਲੋਕ ਖੜੇ ਨੇ ਅੱਧਿਆਂ ਤੋਂ ਵੱਧ ਨੂੰ ਗਾਲਾਂ ਮਿਲਦੀਆਂ ਨੇ ਮੈਂ ਬਹੁਤ ਵਾਰੀ ਦੇਖਿਆ ਗਾ ਕਿਉਂਕਿ ਰਾਤ ਦੇ 2-2, 3-3 ਵਜੇ ਘਰੇ ਜਦੋਂ ਜਾਂਦੇ ਨੇ ਬੜਾ ਔਖਾ ਹੋ ਜਾਂਦਾ ਕੇਬਲ ਦੇ ਮੈਚ ਚੱਲੀ ਜਾਂਦੇ ਆ ਲਾਈਵ ਚੱਲੀ ਜਾਂਦਾ ਕੈਨੇਡਾ 'ਚ ਬੈਠੇ ਆ ਵੀਰ ਪਲੀਜ਼ ਮੈਂ ਪਲੇਅਰਾਂ ਨੂੰ ਬੇਨਤੀ ਕਰਦਾ ਮਾੜਾ ਸਖਤੀ ਦੇ ਨਾਲ ਸ਼ੇਰੋਂ ਦੇ ਢੇਲਵਾਂ ਗਰਾਊਂਡ 'ਚ ਆਵੇ ਨਾਲ ਹੀ ਬਾਲਿਆਂ ਵਾਲੀ ਦੀ ਟੀਮ ਨੂੰ ਬੇਨਤੀ ਹੈ ਵੀ ਕਿਰਪਾ ਕਰਕੇ ਉਹਨਾਂ ਦਾ ਮੈਚ ਆ ਜਿਹੜਾ ਗਾ ਉਹ ਮਾੜੀ ਦੇ ਨਾਲ ਲੱਗਣਾ ਗਾ ਵਿਚਾਰੇ ਪ੍ਰਬੰਧਕਾਂ ਨੇ ਤਾਂ ਕੋਈ ਘਾਟ ਨਹੀਂ ਸਾਡੀ 2-3 ਮਹੀਨੇ ਹੋ ਗਏ ਆ ਪਿੰਡ ਦੇ ਵਿੱਚੋਂ 7-8 ਲੱਖ ਰੁਪਇਆ ਇਕੱਠਾ ਕਰਿਆ ਵਧੀਆ ਅਰੇਂਜਮੈਂਟ ਕਰਿਆ ਪਰ ਪਲੇਅਰਾਂ ਨੂੰ ਬੇਨਤੀ ਹੈ ਮਾੜਾ ਸਾਥ ਦਿਆ ਕਰੋ ਹੈਲੋ ਹਾਂਜੀ ਉਧਰ ਲੰਗਰ ਪ੍ਰਬੰਧਕਾਂ ਵੱਲੋਂ ਬੇਨਤੀ ਹੈ ਸ਼ੇਰੋ ਬਾਈ ਲੰਗਰ ਪ੍ਰਬੰਧਕਾਂ ਵੱਲੋਂ ਬੇਨਤੀ ਹੈ ਕਿ ਥੋੜਾ ਜਿਹਾ ਟਾਈਮ ਪਾ ਕੇ ਲੰਗਰ ਦੇ ਵਿੱਚ ਚਲੇ ਜਾਣਾ ਕਿਉਂਕਿ ਲੰਗਰ ਦੇ ਵਿੱਚ ਸੰਗਤ ਬਹੁਤ ਜ਼ਿਆਦਾ ਗਈ ਹੈਲੋ ਤੇ ਥੋੜਾ ਜਿਹਾ ਰਸ ਜ਼ਿਆਦਾ ਤੇ ਲੰਗਰ ਤਾਂ ਚੱਲ ਰਿਹਾ ਪਰ ਰਸ ਦਾ ਕਰਕੇ ਕਹਿ ਰਹੇ ਆ ਵੀ 15-20 ਮਿੰਟ ਰੁਕ ਕੇ ਲੰਗਰ ਛਕਣ ਦੀ ਕਿਰਪਾਲਤਾ ਕਰਿਓ ਸੰਗਤ ਬਹੁਤ ਜ਼ਿਆਦਾ ਸ਼ੀਟ ਘੱਟ ਜਾਏਗੀ ਤੋ ਅਗਲੀਆਂ ਟੀਮਾਂ ਆ ਜਾਣ ਬਾਈ ਭਿੱਖੀ ਤੇ ਸੇਮਾ ਕਲਾਂ ਭਿੱਖੀ ਤੇ ਸੇਮਾ ਕਲਾਂ ਪਹੁੰਚੇ ਹੈਲੋ ਭਿੱਖੀ ਤੇ ਸੇਮਾ ਕਲਾਂ ਤੁਹਾਡੀ ਸਹੀ ਹੈ ਜੀ ਬਿਲਕੁਲ ਖਿੜਕੀਆਂ ਵਾਲਾ ਤੇ ਟਿੱਬੀ ਸਰ ਹਾਂ ਜੀ ਬੇਨਤੀ ਹੈ ਤੇ ਹੁਣ ਤਾਂ ਤੁਸੀਂ ਕਹਿ ਜਣੋ ਐਂਡ ਤੇ ਫਿਰ ਤੁਸੀਂ ਕਹਿਣਾ ਵੀ ਤੂੰ ਆ ਇਹ ਵੀ ਤੇਰਾ ਵਾਦਰ ਹੈ ਸਹੀ ਹੈ ਨਾ ਗੱਲ ਹਾਂ ਕਾਂਤੀ ਬਾਈ ਜੀ ਬੇਨਤੀ ਹੈ ਆਵਾਜ਼ ਨੂੰ ਸੁਣਦੇ ਸਰ ਮੈਂ ਬੇਨਤੀ ਕਰਦਾ ਕਿਰਪਾ ਕਰਕੇ ਸੇਰੋ ਦੀ ਟੀਮ ਤੇ ਢੇਲਵਾਂ ਭੀਖੀ ਤੇ ਸੇਵਾ ਕਲਾ ਖਿੜਕੀਆਂ ਵਾਲੇ ਦੀ ਟੀਮ ਤੇ ਟਿੱਬੀ ਸਰ ਕੱਟੂ ਸਮਾਓ ਤੇ ਨਿੰਮ ਵਾਲਾ ਆ ਸੇਮਾ ਕਲਾ ਦਾ ਫੇਰ ਫੇਰ ਟੀਮ ਤਾਂ ਭੀਖੀ ਦੀ ਆ ਮੈਚ ਇਹਨਾਂ ਦਾ ਉਹਨਾਂ ਨਾਲ ਹੀ ਹੈ ਕੋਈ ਚੱਕਰ ਨਹੀਂ ਆ ਜਾਓ ਜੀ ਹਾਂਜੀ ਬਾਈ ਕਾਂਤੀ 68 ਕਿਲੋ ਭਾਰ ਦੀਆਂ ਟੀਮਾਂ ਨੂੰ ਬੋਲੋ ਬਾਲੇ ਵਾਲੀ ਦੀ ਟੀਮ ਦੇ ਨਾਲ ਮੈਂ ਬੇਨਤੀ ਕਰਦਾ ਕਿਰਪਾ ਕਰਕੇ ਸਾਡੇ ਸਤਿਕਾਰਯੋਗ ਵੀਰ ਬਹੁਤ ਬਹੁਤ ਧੰਨਵਾਦ ਆ ਸਾਰੇ ਸੰਗਤ
कहते भाई जदों का तू कमेंट्री कर लगे मैच तो कोई होया नहीं, कोई ना भाई देखो की पता करमी माड़े हो मेरे। हाँ ये भी गल थोड़ी सही है भाई, मैं बेनती करता कृपा करके ये साढ़े नहीं माड़े प्लेयर के कर्म माड़े आ। अगे टूरनामेंट होता सी 150 जी अंकल जी ध्यान दो ते हुण 30 की रह गए। हाँ लै भी पिथों वाला लाला गेड़ा लै भी सिरों की टीम आ गई ढेलमाले क्यों नहीं आई भी ढेलमाले ढेलमाले टीम आ गए भाई भाई ढेलमाले का वजन होगा बेट कमेटी जी फोन तो एंटर सी ये टीम हजे तक आई है नहीं बजट नहीं कराया तक ज्यादा मैं पिंड का ना ना बोलता हूं मैं फिर तो है भाई अगले मैच ली भीखी दे सेमा कला भीखी दे सेमा कला भीखी दे सेमा कला टीम आ गई दोनों टीम भीखी दे सेमा कला जारे प्रबंधकों का तुम ध्यान दया करो इन्नी दुनिया बैठी है गर्मी का धमाका। हाँ जी ये आवाज न सुनते सर 68 किलो भारतीय फाइनल दी टीम दोने वह भी पहुंच जाना 68 किलो भारतीय फाइनल दी दोने टीम भाई जी बेनती है भी बाणे वाली तो पहला जरा शेरों वाले मैं लगता भी सोनू भी जेतू करा देना पेगा भाई बेनती भी आवाज न सुनते सर शांति। हाँ जी जेतू करा देते हजे इन चर नहीं आए हूं नहीं चलो जी फिर शेर वाले भी जेतू करा रहा किन्ने क टाइम जेतू करार दे जाओगे प्लेयर बेनती है भी ए नहीं जितया जाता मां के पुतों जितना आया करो दो दो टीम ना भर के आया करो सेमे वाले बेनती है भी सेमे की टीम ग्राउंड चलो शेरों की जेतू करा रहा सोनू हार करार देता आप ही रह जाओगे ट्रैक्टर होना के खड़ा इन्होंने चरण च बेनते वीर बन के सेवादार मैच देखी जाते हैं इधर साइड से ला लो भाई टीम बेनती है भी उन्होंने जरा माड़ी फाइनल मैच लगना गा वह कृपा करके ग्राउंड आ जाओ लभी कि खेडना बाला वाली ते माड़ी मुस्तफा यह दोनों टीम ग्राउंड आ जाए भाई। हैलो भाई जी 68 किलो दी फाइनल टीम ग्राउंड आ जा दोनों टीम ग्राउंड आ जा फाइनल मैच लगना है हाँ भाई कांति बोलनी बड़ा दोबारे जेडी टीम नहीं आई अलग भाई पिकी आऊगी कि नहीं सेमा कला ते पिकी सेमा कला पहुंच गई पिकी दी टीम आ जाए भाई ग्राउंड दे पिकी दी टीम ग्राउंड दे पहुंचे भाई 68 किलो भार दिया फाइनल दिया दोनों टीम आ जाओ भाई भाई जी बेनती है कृपा करके मुंडे बाली वाले तो नाल ही मैं बेनती करता भी उन्होंने विरोधी टीम सेमे वाले आ गए भीखी वाले पहुंचो जी बाले वाली की टीम है तो माड़ी भाई केवल तो ना फोन आई जाते बैठे जुड़े कहते भी मैच मैं भी मेरा तो कोई कसूर नहीं मैं तो टीम के ना बोलिया ने एक आ जाती एक आँदी नहीं सेवे वाले मुंडे को बेनती है भी ना वो भी आ जा सारे भीखी वाले आ जाना उदो बाद जो मैच लगना गा कृपा करके ये ध्यान देन साढ़े नौजवान वीर यार भाई आगे सानू दस दिए जी आउणगे कि नहीं। हाँ जी आ कड़ी टीम भीखी की है ये सेमे की आ जे हूँ आए आ भीखी टूरनामेंट च हर साल सेवा करते ने भी पहुंचे ने उन्होंने हरजिंदर सिंह बराड़ कनेडा दीप यूएसए वालों झंडा वाला बिंजू के पिंड के खेड मेले से
ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਗਿਆ ਸੀ ਜੋ ਕਿ ਦੀਪ ਯੂਐਸਏ ਸਾਡੇ ਪਿੰਡ ਦੇ ਖਿਡਾਰੀ ਨੇ ਅਮਰੀਕਾ ਦੇ ਵਿੱਚ ਰਹਿੰਦੇ ਨੇ ਸੋ ਬਹੁਤ ਬਹੁਤ ਧੰਨਵਾਦ ਬਾਈ ਜੀ ਬੇਨਤੀ ਹੈ ਕਿਰਪਾ ਕਰਕੇ ਮੁੰਡੇ ਗਰਾਊਂਡ 'ਚ ਆ ਜਾਣਾ ਉਧਰ ਭਗਤੇ ਵਾਲੇ ਨੇ ਲਾਈਟਾਂ ਵੀ ਲਾ ਦਿੱਤੀਆਂ ਵਿਚਾਰਿਆਂ ਨੇ ਇਹ ਮੰਡੀ ਗਲਾਲੇ ਰਮਣੇ ਦੀ ਦੇਣ ਆ ਅੱਜ ਮੈਂ ਦੇਖਦਾ ਵੀ ਸਾਡੇ ਵੀਰ ਭਿੱਖੀ ਵਾਲੇ ਆ ਗਏ ਜੀ ਪ੍ਰਗੜਾਓ ਯਾਰ ਵੀਰਾਂ ਕੀ ਅਗਲੇ ਮੈਚ ਲਈ ਮਾੜੀ ਦੀ ਟੀਮ ਤੇ ਕਿਰਪਾ ਕਰਕੇ ਜਿਹੜੇ ਨੌਜਵਾਨ ਵੀਰ ਸਾਡੇ ਬਾਲਿਆਂ ਵਾਲੀ ਆਹ ਮੁੰਡੇ ਜਿਹੜੇ ਰੈਡੀ ਰਹਿਣ ਆ ਜਿਹੜਾ ਹੁਣ 75 ਕਿਲੋ ਦਾ ਪਹਿਲਾ ਮੈਚ ਸ਼ੁਰੂ ਹੋ ਰਿਹਾ ਗਾ ਕਿਉਂਕਿ ਆਪਾਂ ਪਹਿਲਾਂ ਵੀ ਮੈਚ ਦੇਖਿਆ ਪਰ ਜੇਤੂ ਕਰਾਰੀ ਜਿੱਤੇ ਨੌਜਵਾਨਾਂ ਨੂੰ ਇਹ ਪਲੇਅਰਾਂ ਨੂੰ ਬੇਨਤੀ ਹੈ ਵੀ ਧਿਆਨ ਦਿਆ ਕਰੋ ਕਿਉਂਕਿ ਐਂ ਨਾ ਕਿਹਾ ਕਰੋ ਬੋਲਣ ਵਾਲਾ ਬੋਲੀ ਜਾਂਦਾ ਰੈਫਰੀ ਖੜੇ ਨੇ ਅਸੀਂ ਖੜੇ ਹਾਂ ਸਕੋਰ ਵਾਲੇ ਬੈਠੇ ਆ ਪ੍ਰਬੰਧਕ ਕਮੇਟੀ ਬੈਠੀ ਆ ਦਰਸ਼ਕ ਵੀਰ ਬੈਠੇ ਆ ਇਹ ਜਿੱਦੇ ਲੋਕਾਂ ਨੇ ਸਾਨੂੰ ਹਾਰ ਕਰਾਰ ਦੇ ਦਿੱਤਾ ਤੁਸੀਂ ਜ਼ਿੰਦਗੀ 'ਚ ਮੁੜ ਕੇ ਜਿੱਤਣੇ ਨਹੀਂ ਇਹ ਨੋਟ ਰੱਖੋ ਹਾਂਜੀ ਬਾਈ ਜੀ ਬਾਈ ਜੀ ਮੈਚ ਸ਼ੁਰੂ ਕਰਾ ਦਿਓ ਸਾਈਡਾਂ ਦੱਸ ਦਿਓ ਬਾਈ ਕਾਂਤੀ ਇੱਕ ਮਿੰਟ ਜੀ ਚਲੋ ਜੀ ਸੇਮੇ ਵਾਲਿਓ ਸੇਮੇ ਦੀ ਟੀਮ ਜੀ ਪਿੰਡ ਵਾਲੇ ਬਾਂਸਿਆਂ ਨੋਟ ਕਰੋ ਜੀ ਸੇਮੇ ਦੀ ਟੀਮ ਆ ਉਹਨਾਂ ਦੀ ਵਿਰੋਧੀ ਟੀਮ ਆ ਕਿਹਦੀ ਟੀਮ ਉਹ ਇੱਧਰਲੇ ਪਾਸੇ ਚਲੇ ਗਈ ਭਿੱਖੀ ਵਾਲੇ ਨੌਜਵਾਨ ਠੀਕ ਹੈ ਜੀ ਖੇਤਾਂ ਵਾਲੇ ਪਾਸੇ ਜਿਹੜੇ ਚਲੇ ਗਏ ਹਾਂਜੀ ਪਹਿਲੀ ਰੇਟ ਤੇ 20 ਰੁਪਏ ਬੀਬੀ ਮਨਜੀਤ ਕੌਰ ਤੇ 20 ਰੁਪਏ ਹਿੰਮਤ ਸਿੰਘ ਮੈਂਬਰ ਤੇ 10 ਰੁਪਏ ਸਰਨ ਕੈਨੇਡਾ 50 ਰੁਪਏ ਲੱਗ ਗਏ ਜੀ ਬਿਲਕੁਲ ਜੀ ਬਿਲਕੁਲ ਹੁਣ ਜਿਹੜਾ ਮੈਚ ਚੱਲਦਾ ਤੁਸੀਂ ਨੋਟ ਕਰੋ ਭਿੱਖੀ ਦੀ ਟੀਮ ਬਾਬਾ ਗੁੱਦੜ ਸਾਹਿਬ ਦੀ ਪਾਰ ਕਿਰਪਾ ਪਰ ਇੱਧਰਲੇ ਪਾਸੇ ਸੇਮੇ ਵਾਲੇ ਮੁੰਡੇ ਆ ਗਏ ਨੇ ਪਹਿਲਾਂ ਸੇਮਾ ਡੇਰਾ ਰੂਮੀ ਦੀ ਟੀਮ ਤਾਂ ਕੱਟੀ ਗਈ ਆ ਆਹ ਸੇਮੇ ਦੀ ਟੀਮ ਗਰਾਊਂਡ 'ਚ ਆਈ ਆ ਮੇਰੇ ਬਜ਼ੁਰਗੋ ਨੋਟ ਕਰ ਲਓ ਤੇ ਜਿਹੜੀ ਟੀਮ ਪਹਿਲੀ ਕਬੱਡੀ ਪਾ ਰਿਹਾਗਾ ਇਹ ਕਹਿੰਦੇ ਭਗਤੇ ਦੇ ਕੋਲ ਕੋਠਾ ਗੁਰੂ ਕਾ ਪਿੰਡ ਹੈ ਕੋਠਾ ਗੁਰੂ ਕੇ ਵਾਲਾ ਗੁਰਪ੍ਰੀਤ ਸਿੰਘ ਪਹਿਲੀ ਕਬੱਡੀ ਲਈ ਅੱਗੇ ਨੂੰ ਵਾਧਾ ਹੋਇਆ ਆਓ ਮੇਰੇ ਮਿੱਤਰੋ ਕਿਉਂਕਿ ਆ ਗਏ ਨੇ ਖਿਡਾਰੀ ਵੇਖੋ ਖਿੱਚ ਕੇ ਤਿਆਰੀਆਂ ਦੇਖੋ ਬਾਡੀਆਂ ਸ਼ਿੰਗਾਰੀਆਂ ਉਹ ਲੱਗਣਾ ਮੈਦਾਨ ਵਿੱਚ ਜੋਰ ਅੱਡੀ ਚੋਟੀ ਦਾ ਕੋਟੀ ਤੋਂ ਹੀਰਾ ਬਣ ਜੇ ਜਿਹਨੂੰ ਲੱਗ ਜੇ ਕਬੱਡੀ ਦਾ ਹੈਲੋ ਹਾਂਜੀ ਦੋਨੇ ਟੀਮਾਂ ਨੂੰ ਦੱਸਦਾ ਸਰਪੰਚ ਕੇਰ ਸਿੰਘ ਜੀ ਵੱਲੋਂ ਜੀ ਕੱਲੇ ਟੀਮਾਂ ਦੇ ਅਨਾਊਂਸਮੈਂਟ ਕਰੀ ਜਾਂਦਾ ਖਿੜਕਿਆਂ ਵਾਲਾ ਟਿੱਬੀ ਸਰ ਕੱਟੂ ਬਿਲਕੁਲ ਡੇਰਾ ਬਾਬਾ ਨਿੰਮ ਵਾਲਾ ਤੇ ਲਹਿਰਾ ਬੇਗਾ ਕੋਟ ਸ਼ਮੀਰ ਬਾਈ ਜੀ ਨਾਲ ਹੀ ਬੇਨਤੀ ਹੈ ਵੀ ਕਿਰਪਾ ਕਰਕੇ ਜਿਹੜੇ ਅਗਲੇ ਮੈਚ ਦੇ ਲਈ ਖਿੜਕੀ ਅੰਬਲ ਦੀ ਟੀਮ ਦੇ ਟਿੱਬੀ ਸਰ ਕੱਟੂ ਰੈਡੀ ਰਹੇ ਇੱਧਰ ਮੈਂ ਦੇਖਦਾ ਵੀ ਕਿਸ਼ਨਗੜ ਫਰਵਾਹੀ ਪਿੰਡ 10 ਰੁਪਏ ਫਤਿਹ ਡਬਈ 10 ਰੁਪਏ ਚਮਕੌਰ ਡਬਈ 20 ਰੁਪਏ ਲੱਗੇ ਨੇ ਰੇਟ ਤੇ ਜਿਹੜੇ ਵੀਰ ਦੀ ਪਾਣੀ ਦੇ ਡਿਊਟੀ ਵੀ ਆ ਜੀ ਡਿਊਟੀ ਸੰਭਾਲੇ 10 ਰੁਪਏ ਰਮਨ ਇੰਗਲੈਂਡ ਵੱਲੋਂ 30 ਰੁਪਏ ਲੱਗੇ ਨੇ ਉਧਰ ਕਿਸ਼ਨਗੜ ਤੋੜੇ ਹੋਏ ਪਾਣੀ ਲੈ ਕੇ ਆਏ ਫਿਰ ਬਾਈ ਜੀ ਪੁਆਇੰਟ ਜਿਹੜਾ ਜਾਫੀ ਦਾ ਆਹ ਲੱਭੀ ਕਬੱਡੀ ਪਾ ਰਿਹਾ ਤੁਹਾਡੇ ਪਿੰਡ ਦਾ ਰੇਡਰਾ ਤਾੜੀ ਮਾਰ ਦਿਓ ਇੱਕ ਵਾਰੀ ਚੱਕਾਂ ਵਾਲਾ ਮੁੰਡਾ ਅੱਜ ਮੈਂ ਦੇਖਦਾ ਵੀ ਇੱਕ ਪਾਸੇ ਸੇਮੇ ਦੀ ਟੀਮ ਵੱਲੋਂ ਕਬੱਡੀ ਪਾਉਣ 10 ਰੁਪਏ ਸੁੱਖੀ ਕੈਨੇਡਾ ਤੇ 10 ਰੁਪਏ ਏਕਮ ਕੈਨੇਡਾ ਵੱਲੋਂ ਲੱਗੇ ਨੇ 20 ਰੁਪਏ ਜੀ ਬਾਈ ਜੀ ਅਗਲੇ ਮੈਚ ਦੇ ਲਈ ਬੇਨਤੀ ਹੈ ਖਿੜਕੀ ਵਾਲੇ ਦੀ ਟੀਮ ਦੇ ਕੱਟੂ ਜੀ ਉਹ ਵੀ ਟੀਮਾਂ ਗਰਾਊਂਡ ਦੇ ਨੇੜੇ ਰਹਿਣ ਫਾਈਨਲ ਦੀਆਂ ਵੀ ਟੀਮਾਂ ਵੀ ਬੋਲਦੇ ਹੋਏ ਕਾਂਤੀ ਉਹ ਤੋਂ ਬਾਅਦ ਬਾਲਿਆਂ ਵਾਲੀ ਦੀ ਟੀਮ ਦੇ ਮਾੜੀ ਆਹ ਮੁੰਡਾ ਮਲੇਸ਼ੀਆ ਖੇਡਿਆ ਕਹਿੰਦੇ ਗੁੱਗੀ ਭਿੱਖੀ ਪਿੰਡ ਵਾਲਾ ਲੱਭੀ ਨੂੰ ਜੱਫਾ ਲਾਉਂਦਾ ਹੋਇਆ ਮੇਰੇ ਨੌਜਵਾਨ ਮਿੱਤਰੋ ਇੱਕ ਪਾਸੇ ਭਿੱਖੀ ਵਾਲੇ ਨੌਜਵਾਨ ਗੁੱਗੀ ਦਾ ਜੱਫਾ ਲੱਗਦਾ ਹੋਇਆ ਆਹ ਕਹਿੰਦੇ ਭਿੱਖੀ ਦੇ ਕੋਲ ਕੋਟੜਾ ਕਲਾ ਪਿੰਡ ਪੈ ਜਾਂਦਾ ਵੀਰ ਕਿਹਦੇ ਵੱਲੋਂ ਆ ਨੌਜਵਾਨ ਦੀ ਰੇਟ ਦੇ ਪਰ ਰੁਪਏ ਲਾਉਣੇ ਆ 10 ਰੁਪਏ ਰਮਣਾ ਇੰਗਲੈਂਡ 20 ਰੁਪਏ ਬੀਬੀ ਮਨਜੀਤ ਕੌਰ ਤੇ 20 ਰੁਪਏ ਹਿੰਮਤ ਸਿੰਘ ਜੀ ਮੈਂਬਰ 40 ਰੁਪਏ 50 ਰੁਪਏ ਲੱਗੇ ਨੇ ਰੇਟ ਤੇ ਜੀ ਬਿਲਕੁਲ ਜੀ ਬਿਲਕੁਲ ਉਧਰ ਮੈਂ ਦੇਖਦਾ ਸੇਮੇ ਵਾਲਾ ਨੌਜਵਾਨ ਸਿੱਖ ਸਰਦਾਰ ਜੱਫਾ ਲਾਉਣ ਦੀ ਪੂਰੀ ਕੋਸ਼ਿਸ਼ ਕਰਦਾ ਪਰ ਭਿੱਖੀ ਦੀ ਟੀਮ ਦੇ ਲਈ ਇੱਕ ਪੁਆਇੰਟ ਹੋਰ ਜੁੜਦਾ ਹੋਇਆ ਕੋਠੇ ਵਾਲੇ ਮੁੰਡੇ ਦੀ ਕਬੱਡੀ ਪੈ ਰਹੀ ਹੈ ਬਾਬਾ ਕੌਲ ਸਿੰਘ ਦੀ ਵੱਡੀ ਪਾਰ ਕਿਰਪਾ ਗਈ ਸਾਡੇ ਨੌਜਵਾਨ ਅੰਬਲੀ ਦੀ ਟੀਮ ਤੇ ਕੱਟੂ ਨੂੰ ਬੇਨਤੀ ਹੈ ਵੀ ਦੋਨੇ ਦੀਆਂ ਦੋਨੇ ਟੀਮਾਂ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਆ ਜਾਣ ਲਓ ਪਾਈ ਹੋਈ ਕਬੱਡੀ 4 ਜਾਫੀ ਉਰਲੇ ਪਾਸੇ 17 ਨਾਲ ਕਾਲਾ ਨਾਲ ਗੁੱਗੀ ਨਾਲ ਮੇਜਰ ਵਰਗੇ ਨੌਜਵਾਨ ਭਿੱਖੀ ਵਾਲੇ ਆ ਪਰ ਕੋਠਾ ਗੁਰੂ ਕੇ ਵਾਲਾ ਨੌਜਵਾਨ ਗੁਰਪ੍ਰੀਤ ਸਿੰਘ ਕਹਿੰਦੇ ਭਿੱਖੀ ਦੇ ਕੋਲੇ ਬਰੇਟੇ ਆਲੇ ਰੋਡ ਤੇ ਕਿਸ਼ਨਗੜ੍ਹ ਫਰਵਾਹੀ ਪਿੰਡ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ 10 ਰੁਪਏ ਚਮਕੌਰ ਡਬਈ 10 ਰੁਪਏ ਏਕਮ ਕੈਨੇਡਾ 10 ਰੁਪਏ ਫਤਿਹ ਡਬਈ 30 ਰੁਪਏ ਲੱਗੇ ਨੇ ਰੇਟ ਤੇ ਉਧਰ 30 ਰੁਪਿਆਂ ਦੀ ਕਬੱਡੀ ਪਈ ਹੋਈ ਮੇਸੀ ਦੀ ਆ ਮੈਂ ਦੇਖਦਾ ਵੀ ਆਪਣੀ ਟੀਮ ਦੇ ਲਈ ਮੇਸੀ ਜਿਹੜਾ ਇੱਕ ਅੰਕ ਹੋਰ ਜੁੜਦਾ ਹੈ ਹਾਂਜੀ 10 ਰੁਪਏ 10 ਰੁਪਏ ਹਿੰਮਤ ਸਿੰਘ ਜੀ ਮੈਂਬਰ 20 ਰੁਪਏ ਲੱਗੇ ਨੇ ਰੇਟ ਤੇ ਬਾਈ ਜੀ ਆਪਣਾ ਹਰਪ੍ਰੀਤ ਕਬੱਡੀਆਂ ਖੁੱਲੀਆਂ ਨੇ ਕਿਵੇਂ ਆ 75 ਦੀਆਂ ਖੁੱਲੀਆਂ ਕਬੱਡੀਆਂ ਨੇ ਜੀ 75 ਕਿਲੋ ਦੀਆਂ ਜਿਹੜੀਆਂ ਮੈਚ ਚੱਲ ਰਹੇ ਨੇ ਉਧਰ 17 ਨੇ ਜੱਫਾ ਲਾਇਆ ਜਿਹੜਾ ਵੀਰਾਂ ਵਾਲੇ ਜੱਟੇ ਦੇ ਟੂਰਨਾਮੈਂਟ ਦੀ ਸੈਕਿੰਡ ਟੀਮ ਰਹੀ ਹਰਾਈਆ ਫਸਟ ਰਹੀ 17 ਤੇ ਪੱਠਲ ਦੋ ਵੀਰ ਖੇਡਦੇ ਆ ਵਿਕਰ ਵਰਗੇ ਨੌਜਵਾਨ
ਪਰ ਮੈਂ ਦੇਖਦਾ ਵੀ ਸਤਰੇ ਦਾ ਨੌਜਵਾਨ ਹੋਇਆ ਆਵਾਈ ਗਾਂਧੀ 75 ਦੀਆਂ ਰੇਟਾਂ ਜਿਹੜੀਆਂ ਕਬੱਡੀਆਂ ਨੇ ਖੁੱਲੀਆਂ ਨੇ ਓਪਨ ਦੀਆਂ ਟਰਨਵੇ ਟਰਨ ਨੇ ਬਾਈ ਜੀ ਅਗਲੇ ਮੈਚ ਦੇ ਲਈ ਖਿੜਕੀਆਂ ਵਾਲੇ ਦੀ ਟੀਮ ਜੇਕਰ ਆ ਗਈ ਅਤਕੜਾ ਕਰੋ ਜੀ ਨਾਲ ਕੱਟੂ ਦੀ ਟੀਮ ਨੂੰ ਬੇਨਤੀ ਆ ਵੀ ਕੱਟੂ ਵਾਲੇ ਮੁੰਡੇ ਵੀ ਆ ਜਾਣ ਉਹਨਾਂ ਦਾ ਅਗਲਾ ਮੈਚ ਇਧਰਲੇ ਪਾਸੇ ਨੌਜਵਾਨ ਸੇਮੀ ਵਾਲਾ ਕਹਿੰਦਾ ਮੈਨੂੰ ਛੱਡੋ ਦੂਜੇ ਪਾਸੇ ਕੋਟਲੇ ਵਾਲਾ ਪ੍ਰਗਟ ਮਾਰ ਦੋ ਤਾੜੀ ਜਾਫੀ ਦੇ ਨਾਂ ਤੇ ਬੜਾ ਤਕੜਾ ਜਫਾ ਲੱਗਦਾ ਹੋਇਆ ਆਪਣੀ ਟੀਮ ਦੇ ਲਈ ਧੰਨਵਾਦ ਬਾਈ ਲੱਖਾਂ ਕੰਦ ਵਾਲੀ ਦੀਪੂ ਅਮਰਗੜ ਉਧਰ ਲੱਖੀ ਲਹਿਰਾ ਜੀ ਸਾਰੇ ਕਮੈਂਟੇਟਰਾਂ ਦਾ ਕਿਉਂਕਿ ਸੰਘ ਤੋਂ ਬਹੁਤ ਦਿਨ ਹੋ ਗਏ ਲਗਾਤਾਰੀ ਚੱਲੀ ਜਾਂਦਾ ਕੰਮ ਇੱਕ ਦਾ ਹਨੇਰਾ ਵਾਲਾ ਹੋਇਆ ਤਾਲਮੇਲ ਦੇ ਨਾਲ ਸਾਰਿਆਂ ਨੇ ਬੋਲਣਾ ਗਾ ਹਾਂਜੀ ਚਮਕੌਰ ਡਬਈ 10 ਰੁਪਏ ਫਤਿਹ ਡਬਈ ਤੇ 10 ਰੁਪਏ ਹਿੰਮਤ ਸਿੰਘ ਜੀ ਮੈਂਬਰ 10 ਰੁਪਏ ਬੀਬੀ ਮਨਜੀਤ ਕੌਰ 40 ਰੁਪਏ ਲੱਗ ਗਏ ਰੇਟ ਤੇ ਇਧਰ 40 ਰੁਪਈਆਂ ਦੀ ਪਈ ਹੋਈ ਕਬੱਡੀ ਦੇ ਪੁਆਇੰਟ ਰੇਡਰ ਦਾ ਰੇਡਰ ਦਾ ਰੇਡਰ ਦਾ ਰੇਡਰ ਦਾ ਪੁਆਇੰਟ ਆ ਰੈਫਰੀ ਦਾ ਫੈਸਲਾ ਅੰਤਮ ਹਾਂਜੀ 68 ਕਿਲੋ ਭਾਰ ਦੀਆਂ ਜਿਹੜੀਆਂ ਫਾਈਨਲ ਦੀਆਂ ਟੀਮਾਂ ਉਹ ਵੀ ਗਰਾਊਂਡ ਦੇ ਲਾ ਕੇ ਰਹਿਣ ਬਈ ਹੈਲੋ ਭਾਰ ਦੀਆਂ ਫਾਈਨਲ ਦੀਆਂ ਟੀਮਾਂ ਦੋਨੇ ਬਾਲਿਆਲੀ ਦੇ ਮਾੜੀ ਦੀ ਟੀਮ ਨੂੰ ਬੇਨਤੀ ਹੈ ਵੀ ਉਹ ਵੀ ਕਿਰਪਾ ਕਰਕੇ ਰੈਡੀ ਰਹੇ ਬਹੁਤ ਬਹੁਤ ਧੰਨਵਾਦ ਗੁਰੂਆਂ ਸਾਨੂੰ ਦਿੱਤਾ ਹੈ ਵਰਦਾਨ ਕਬੱਡੀ ਦਾ ਇਹ ਦੇਸ਼ ਵਿਦੇਸ਼ ਵਿੱਚ ਹੁੰਦਾ ਇਹ ਸਨਮਾਨ ਕਬੱਡੀ ਦਾ ਜੀਨ ਖਿਡਾਰੀ ਇਹ ਕੌਮਾਂ ਦੀ ਤਾਕਤ ਹੁੰਦੇ ਨੇ ਇਹ ਪੂਜਣ ਯੋਗ ਹੁੰਦਾ ਕੰਗ ਮੈਦਾਨ ਕਬੱਡੀ ਦਾ ਹਰ ਇੱਕ ਪੰਜਾਬੀ ਮਾਂ ਦੀ ਇਹ ਤਮੰਨਾ ਹੁੰਦੀ ਹੈ ਵੀ ਵੱਡਾ ਹੋ ਕੇ ਬਣ ਜੇ ਪੁੱਤ ਕਪਤਾਨ ਕਬੱਡੀ ਦਾ ਲੈ ਵੀਰ ਦੱਸੀ ਆਹ ਤੁਹਾਡੇ ਪਿੰਡ ਵਾਲੇ ਲੱਭੀ ਦੀ ਕਬੱਡੀ ਦੇ ਕਿਹੜੇ ਰੁਪਈਏ ਲਾਈਏ ਆਪਾਂ ਇਹ ਲੱਭੀ ਕਬੱਡੀ ਪਾ ਰਿਹਾ ਗਾ ਦੱਸੀ ਵੀਰ ਕਿਹੜੇ ਦਾਨੀ ਸੱਜਣ ਵੱਲੋਂ ਲੱਭੀ ਦੀ ਕਬੱਡੀ ਦੇ ਜਿਹੜਾ ਆਪਾਂ ਰੁਪਈਏ ਲਾਈਏ ਹੈਲੋ ਹੈਲੋ ਬਲਦੇਵ ਜੀ ਤੁਹਾਡੇ ਪਿੰਡ ਵਾਲਾ ਰੇਡ ਕਬੱਡੀ ਪਾ ਰਿਹਾ ਸੀਗਾ ਤੁਸੀਂ ਪੈਸੇ ਨਹੀਂ ਲਏ ਅੱਛਾ ਜੀ ਕੋਈ ਨਾ ਹੁਣ ਲਾ ਦਾਂਗੇ ਜੀ ਹੋਰ ਮੈਂ ਤਾਂ ਮੁੰਡੇ ਤੇ ਜ਼ੋਰ ਲਵਾਇਆ ਸੀ ਪਰ ਜ਼ੋਰ ਲੱਗਿਆ ਨਹੀਂ ਹੁਣ ਲਾ ਦਾਂਗੇ ਓਏ ਲੱਭੀ ਦੀ ਰੇਟ ਤੇ ਹੁਣ ਪੈਸੇ ਲਾ ਦਾਂਗੇ ਕੋਈ ਨਾ ਚੱਲ ਵੀ ਲੱਭੀ ਤੇਰੀ ਰੇਟ ਤੇ ਵੀ ਸਨਮਾਨ ਜਿਹੜਾ ਕਰਨਾਗਾ ਪੈਸੇ ਆਪਾਂ ਨੂੰ ਦਰਸ਼ਕਾਂ ਨੇ ਬਹੁਤ ਫੜਾਏ ਹੋਏ ਨੇ ਬਿਲਕੁਲ ਜੀ ਹਾਂਜੀ ਸਾਰੇ ਨਗਰ ਦਾ ਧੰਨਵਾਦ ਹੈ ਕਿਉਂਕਿ ਸਾਡਾ ਸਾਰਾ ਹੀ ਨਗਰ ਸਾਡੀ ਪ੍ਰਬੰਧਕ ਕਮੇਟੀ ਨੂੰ ਬਹੁਤ ਸਹਿਯੋਗ ਦਿੰਦਾ ਹਰ ਸਾਲ ਬਹੁਤ ਸੇਵਾ ਕਰਦਾ ਸਾਰਾ ਨਗਰ ਨਾਲ ਮਿਲ ਕੇ ਇਹ ਜਿਹੜਾ ਜੋੜ ਮੇਲਾ ਕਰਵਾਉਂਦਾ ਬਹੁਤ ਬਹੁਤ ਧੰਨਵਾਦ ਆ ਸਾਰੇ ਨਗਰ ਦਾ ਬਾਈ ਜੀ ਇੱਕ ਗੱਲ ਤਾਂ ਹੈਗੀ ਹੈ ਹਾਂਜੀ ਵੀ ਪਹਿਲਾਂ ਚਾਹੇ 32 ਕਿਲੋ ਤੋਂ ਲੈ ਕੇ ਮੈਚ ਹੁੰਦੇ ਆ ਹਾਂਜੀ ਜਿਹੜਾ ਵੀ ਪਲੇਅਰ ਉੱਥੇ ਆਉਂਦਾ ਕੋਈ ਨਾਰਾਜ਼ ਨਹੀਂ ਜਾਂਦਾ ਸਾਰੇ ਪਲੇਅਰਾਂ ਨੂੰ ਇਨਾਮ ਮਿਲਦਾ ਗਾ ਇੱਕ ਵਾਰੀ ਤਾੜੀ ਮਾਰ ਦੋ ਜ਼ੋਰਦਾਰ ਨਗਰ ਦੇ ਨਾਂ ਤੇ ਚਾਹੇ ਕਿਸੇ ਨੂੰ 100 ਮਿਲਦਾ ਕਿਸੇ ਨੂੰ 200 ਮਿਲਦਾ ਇਹ ਵੀ ਇਸ ਨਗਰ ਦੀ ਖਾਸੀਅਤ ਆ ਕਿਉਂਕਿ ਉਹਨਾਂ ਦਾ ਨੌਜਵਾਨ ਦਾ ਕਿਰਾਇਆ ਪਾਣਾ ਵੀ ਨਾਲ ਦੇ ਨਿਕਲ ਜਾਂਦਾ ਇੱਧਰ ਗਿਆਨੀ ਮੁੰਡਾ ਹੁਣ ਜੱਫਾ ਲਾਉਂਦੀ ਪੂਰੀ ਕੋਸ਼ ਕਰਦਾ ਵਾ ਸੇਮੇ ਵਾਲਾ ਇੱਧਰ ਕੋਟਲੇ ਵਾਲਾ ਪ੍ਰਗਟ ਭੀਖੀ ਦੀ ਟੀਮ ਦੇ ਲਈ ਇੱਕ ਅੰਕ ਹੋਰ ਜੁੜਦਾ ਹੋਇਆ ਕੱਟੂ ਦੀ ਟੀਮ ਜੀ ਕੱਟੂ ਵਾਲੇ ਭਾਈ ਕੱਟੂ ਵਾਲੇ ਕੱਟੂ ਪਿੰਡ ਦੀ ਟੀਮ ਆ ਜਾ ਬਈ ਨਾਲ ਹੀ ਬੇਨਤੀ ਆ ਬਾਲਿਆਲੀ ਦੀ ਟੀਮ ਦਾ ਮੈਚ ਜਿਹੜਾ ਲੱਗਣਾ ਗਾ ਕਿਰਪਾ ਕਰਕੇ ਹਾਂਜੀ ਉਹ ਮਾੜੀ ਵਾਲੇ ਵੀ ਰੈਡੀ ਹਨ ਕਬੱਡੀ 68 ਕਿਲੋ ਦਾ ਫਾਈਨਲ ਹਾਂਜੀ ਭਾਜੀ ਹਾਂਜੀ 10 ਰੁਪਏ ਬੀਬੀ ਮਨਜੀਤ ਕੌਰ 10 ਰੁਪਏ ਹਿੰਮਤ ਸਿੰਘ ਜੀ ਮੈਂਬਰ 10 ਰੁਪਏ ਚਮਕੌਰ